ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਕੈਬਨਿਟ ਮੰਚ ਅਤੇ ਮੈਂ ਤੁਹਾਡੇ ਨਾਲ ਕੌਮਿਤਾ ਮਿਨਹਾਸ ਅਤੇ ਇਸ ਮੰਚ ਉੱਤੇ ਮੇਰਾ ਸਹਿਯੋਗ ਦੇਣਗੇ ਮੇਰੇ ਸਹਿਯੋਗੀ ਰਵੀ ਸੰਗਰਾਹੂਰ ਅਤੇ ਹਰਮਨਦੀਪ ਸਿੰਘ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਕੁਛ ਮੁੱਦਿਆਂ ਮਸਲਿਆਂ ਅਤੇ ਖਬਰਾਂ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਪੰਜਾਬ ਦੇ ਵਿੱਚ ਕੀ ਕੁਛ ਖਾਸ ਰਿਹਾ, ਕੀ ਕੁਛ ਗਤੀਵਿਧੀਆਂ ਜਿਹੜੀਆਂ ਪੰਜਾਬ ਦੇ ਵਿੱਚ ਉਹ ਜ਼ਿਆਦਾ ਜਿਹੜੀਆਂ ਸਰਗਰਮ ਰਹੀਆਂ। ਰਾਹੁਲ ਗਾਂਧੀ ਨੂੰ ਮਿਲੇ 5 ਸੂਬਿਆਂ ਦੇ ਮੁੱਖ ਮੰਤਰੀ। ਸਨੀ ਦਿਓਲ ਨੇ ਪਲਹੇੜੀ ਨੂੰ ਦਿੱਤੀ ਜ਼ਿੰਮੇਵਾਰੀ। ਰਾਮ ਰਹੀਮ ਨੇ ਪੈਰੋਲ ਅਰਜ਼ੀ ਲਈ ਵਾਪਸ। ਪਨਬੱਸ ਮੁਲਾਜ਼ਮ 3 ਰੋਜ਼ਾ ਹੜਤਾਲ 'ਤੇ। ਪਾਵਰਕੌਮ ਕਰੇਗਾ 5,368 ਕਰਮਚਾਰੀਆਂ ਦੀ ਰੈਗੂਲਰ ਭਰਤੀ। ਅਤੇ ਇਹ ਸੀ ਪੰਜਾਬ ਦੇ ਕੁਛ ਅਹਿਮ ਮੁੱਦੇ ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜੇ ਕੁਛ ਅਹਿਮ ਖਬਰਾਂ ਜੋ ਅਸੀਂ ਕਹਿ ਲਈਏ ਕਿ ਬੀਤੇ ਦਿਨ ਦੀਆਂ ਜਿਹੜੀਆਂ ਰਹੀਆਂ ਸਨ, ਅਤੇ ਹੁਣ ਅਸੀਂ ਗੱਲਬਾਤ ਜਿਹੜੀ ਆ ਇਹ ਜਾਰੀ ਰੱਖਾਂਗੇ ਇਸੇ ਤਰ੍ਹਾਂ, ਅਤੇ ਕੋਸ਼ਿਸ਼ ਕਰਾਂਗੇ ਇਹ ਜਾਣਨ ਦੀ ਕਿ ਕਿਹਨਾਂ ਮੁੱਦਿਆਂ ਨੂੰ ਕਿਸ ਤਰੀਕੇ ਦੇ ਨਾਲ ਉਭਾਰਿਆ ਗਿਆ, ਕਿਸ ਤਰੀਕੇ ਦੇ ਨਾਲ ਇਹਨਾਂ ਮੁੱਦਿਆਂ 'ਤੇ ਗੱਲਬਾਤ ਹੋਈ ਹੈ, ਤੁਹਾਡੇ ਤੱਕ ਇਹ ਮੁੱਦੇ ਕਿਸ ਤਰ੍ਹਾਂ ਪਹੁੰਚੇ ਨੇ, ਮਸਲੇ ਕਿਸ ਤਰ੍ਹਾਂ ਤੁਹਾਡੇ ਨਾਲ ਤੱਕ ਪਹੁੰਚੇ ਨੇ, ਅਤੇ ਕੀ ਕੁਛ ਖਾਸ ਅਤੇ ਕੀ ਕੁਛ ਕਮੀਆਂ ਰਹੀਆਂ ਨੇ ਇਹਦੇ ਵਿੱਚ। ਬਿਲਕੁਲ ਰਵੀ, ਸਭ ਤੋਂ ਪਹਿਲਾਂ ਤਾਂ ਚੱਲ, ਹਾਲਾਂਕਿ ਪੰਜਾਬ ਦਾ ਮੁੱਦਾ ਨਹੀਂ ਹੈਗਾ ਲੇਕਿਨ ਕਾਫੀ ਮੰਦਭਾਗੀ ਖਬਰ ਹੈਗੀ ਹੈ ਕਿ ਕਿਸ਼ਤਵਾੜ ਦੇ ਵਿੱਚ ਇੱਕ ਬੱਸ ਹਾਦਸਾ ਹੁੰਦਾ ਹੈ। ਇੱਕ ਬੱਸ ਜਿਹੜੀ ਆ ਉਹ ਖੱਡ ਵਿੱਚ ਡਿੱਗਦੀ ਹੈ, 35 ਜਣਿਆਂ ਦੀ ਮੌਤ ਹੋ ਜਾਂਦੀ ਹੈ ਅਤੇ 15-16 ਦੇ ਕਰੀਬ ਜਿਹੜੇ ਲੋਕ ਉਹ ਜ਼ਖਮੀ ਹੋ ਜਾਂਦੇ ਆ। ਬਹੁਤ ਹੀ ਮੰਦਭਾਗੀ ਜਿਹੜੀ ਉਹ ਖਬਰ ਹੈਗੀ ਆ। ਜੇ ਅਸੀਂ ਦੇਖੀਏ ਤਾਂ ਬਹੁਤ ਸਾਰੀਆਂ ਆਲਮੋਸਟ ਸਾਰੀਆਂ ਅਖਬਾਰਾਂ ਨੇ ਜਿਹੜੀ ਆ ਇਹ ਖਬਰ ਆ ਉਹ ਪਹਿਲੇ ਪੇਜ ਉੱਤੇ ਲਾਈ ਹੈਗੀ ਆ। ਬਹੁਤ ਵੱਡਾ ਜਾਨੀ ਨੁਕਸਾਨ ਹੈਗਾ, ਲੇਕਿਨ ਅਸੀਂ ਪਹਿਲਾਂ ਵੀ ਜਿੱਦਾਂ ਕਈ ਵਾਰ ਗੱਲ ਕੀਤੀ ਹੈ ਕਿ ਖਬਰ ਜਿਹੜੀ ਹੈ ਉਹਨੂੰ ਲਾਉਣ ਦਾ ਹਰ ਕਿਸੇ ਦਾ ਵੱਖਰਾ ਤਰੀਕਾ ਹੈ। ਸੋ ਇੱਕ ਅਖਬਾਰ ਨੇ ਖਬਰ ਲਗਾਈ ਹੈ, 28 ਸੀਟਾਂ, 52 ਲੋਕ, ਖੱਡ ਵਿੱਚ ਡਿੱਗੀ ਬੱਸ, 35 ਮੌਤਾਂ। ਸੋ ਪਹਿਲਾਂ ਹੈਡਿੰਗ ਪੜ੍ਹ ਕੇ ਇਹ ਜਿਹੜਾ ਉਹ ਖਬਰ ਸਪਸ਼ਟ ਹੁੰਦੀ ਹੈ ਕਿ ਕਿਤੇ ਨਾ ਕਿਤੇ ਬੱਸ ਡਰਾਈਵਰ ਕੰਡਕਟਰ ਦੀ ਜਿਹੜੀ ਆ ਉਹ ਗਲਤੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ, ਕਿਉਂਕਿ ਬੱਸ ਵਿੱਚ ਜਿਸ ਬੱਸ ਦੇ ਵਿੱਚ 28 ਸੀਟਾਂ ਸਨ ਉਸ ਦੇ ਵਿੱਚ 52 ਲੋਕ ਸਵਾਰ ਸਨ। ਸੋ ਓਵਰਲੋਡਿੰਗ ਦਾ ਜਿਹੜਾ ਉਹ ਮਾਮਲਾ ਸੀਗਾ। ਇਹ ਅਜਿਹੀਆਂ ਖਬਰਾਂ ਜਿਹੜੀਆਂ ਉਹ ਸਾਡੇ ਆਮ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਹੈ, ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਜਿਹੜਾ ਉਹ ਖਿਲਵਾੜ ਹੁੰਦਾ ਹੈ। ਸੋ ਬਿਲਕੁਲ ਅਖਬਾਰ ਹੈਗਾ ਉਸ 'ਤੇ ਵੀ ਇਸ ਖਬਰ ਨੂੰ ਪੂਰੀ ਪ੍ਰਮੁੱਖਤਾ ਦੇ ਨਾਲ ਲਾਇਆ ਗਿਆ, ਕਿਉਂਕਿ ਬੜੀ ਵੱਡੀ ਤਰਾਸਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਵੀ ਇੱਦਾਂ ਹੀ ਹੈ। ਬੇਸ਼ੱਕ ਇਹ ਖਬਰ ਜਿਹੜੀ ਹੈ ਸ਼੍ਰੀਨਗਰ ਦੇ ਨਾਲ ਜੁੜੀ ਹੋਈ ਹੈ, ਪਰ ਪੰਜਾਬ ਦੇ ਵਿੱਚ ਵੀ ਬਹੁਤ ਇੱਦਾਂ ਦਾ ਹੀ ਕੁਝ ਵਾਪਰਦਾ ਹੈ ਕਿ ਅਣਗਹਿਲੀ ਦੇ ਨਾਲ ਕਈ ਵਾਰ ਜਿਹੜੀਆਂ ਕੀਮਤੀ ਜਾਨਾਂ ਉਹ ਗਵਾਈਆਂ ਜਾਂਦੀਆਂ। ਇਸ ਖਬਰ ਨੂੰ ਚੰਗੀ ਜਗ੍ਹਾ ਦਿੱਤੀ ਗਈ ਹੈ ਔਰ ਫਰੰਟ ਦੇ ਉੱਪਰ ਇਸ ਖਬਰ ਨੂੰ ਲਗਾਇਆ ਗਿਆ, ਸਾਰੇ ਅਖਬਾਰਾਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਲਗਾਇਆ। ਪਰ ਇੱਕ ਹੋਰ ਵੀ ਨਾਲ ਜਿਹੜੀ ਖਬਰ ਹੈ ਜਿਹਤੇ ਅਕਸਰ ਹੀ ਪੰਜਾਬ ਦੇ ਜਿਹੜੇ ਜਿੰਨੇ ਲੋਕ ਨੇ ਉਹਨਾਂ ਦੀ ਨਜ਼ਰ ਇਸ ਮਸਲੇ 'ਤੇ ਰਹਿੰਦੀ ਹੈ ਹਮੇਸ਼ਾ, ਉਹ ਖਬਰ ਹੈ ਕਿ ਰਾਹੁਲ ਗਾਂਧੀ ਨੂੰ 5 ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਹੈ ਉਹ ਮਿਲਣ ਪਹੁੰਚੇ ਆ, ਉਹਨਾਂ ਦੀ ਮੀਟਿੰਗ ਸੀ। ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਤਜਵੀਜ਼ ਪੇਸ਼ ਕੀਤੀ ਸੀ, ਉਸੇ ਦੇ ਸੰਬੰਧ ਵਿੱਚ ਇਹ ਮੀਟਿੰਗ ਰੱਖੀ ਗਈ ਸੀ। ਔਰ ਇਸ ਖਬਰ ਨੂੰ ਵੀ ਜਿਹੜਾ ਉਹ ਮੈਨੂੰ ਲੱਗਦਾ ਹੈ ਕਿ ਸਾਰੇ ਅਖਬਾਰਾਂ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਜਿਹੜਾ ਉਹਨੂੰ ਪ੍ਰਕਾਸ਼ਿਤ ਕੀਤਾ ਗਿਆ। ਔਰ ਇੱਕ ਹੋਰ ਖਬਰ ਹੈ ਜਿਹੜੀ ਮਤਲਬ ਮੈਨੂੰ ਇੱਦਾਂ ਲੱਗਦਾ ਕਿ ਉਹ ਪਹਿਲੇ ਪੰਨੇ 'ਤੇ ਆਉਣੀ ਚਾਹੀਦੀ ਸੀ, ਪਰ ਇਹ ਮੇਰੇ ਕੋਲ ਜਿਹੜਾ ਅਖਬਾਰ ਆ ਉਹਦੇ 5 ਨੰਬਰ ਪੰਨੇ ਦੇ ਉੱਤੇ ਲੱਗੀ ਹੋਈ ਹੈ ਕਿ ਸਿਆਲਕੋਟ ਦੇ 500 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਵਾਜ਼ੇ ਹੈ ਉਹ ਇੱਕ ਵਾਰ ਫਿਰ ਸ਼ਰਧਾਲੂਆਂ ਦੇ ਲਈ ਖੋਲ੍ਹੇ ਗਏ ਹੈ। ਸਿਆਲਕੋਟ ਦਾ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਬਾਬੇ ਦਾ ਬੇਰ ਗੁਰਦੁਆਰਾ ਸਾਹਿਬ ਕਿਹਾ ਜਾਂਦਾ, ਉਹਦਾ ਜਿਹੜਾ ਦਰਵਾਜ਼ੇ ਇੱਕ ਵਾਰ ਫਿਰ ਤੋਂ ਖੋਲ੍ਹੇ ਗਏ ਆ। ਪਰ ਉਹ ਖਬਰ ਹੈ ਜਿਹੜੀ
ਉਹ ਬਹੁਤ ਪਿਛਲੇ ਪੇਜਾਂ 'ਤੇ ਲੈ ਕੇ ਗਏ ਨੇ, ਜਿਹੜੀ ਕਿ ਪਹਿਲੇ ਪੰਨੇ 'ਤੇ ਵੀ ਲੱਗ ਸਕਦੀ ਸੀ ਅਤੇ ਦੂਜੇ ਪੰਨੇ 'ਤੇ ਵੀ ਉਸਨੂੰ ਜਗ੍ਹਾ ਦਿੱਤੀ ਜਾ ਸਕਦੀ। ਬਿਲਕੁਲ ਰਵੀ, ਇਸ ਤਰ੍ਹਾਂ ਦੀ ਜਿਹੜੀ ਧਾਰਮਿਕ ਖਬਰ, ਜਿਹੜੀ ਇੱਕ ਸਿੱਖ ਸ਼ਰਧਾਲੂਆਂ ਨਾਲ ਜੁੜੀ ਹੋਈ ਜਿਹੜੀ ਖਬਰ ਹੈਗੀ ਆ, ਉਹ ਮੇਰੇ ਅਖਬਾਰ ਦੇ ਵਿੱਚ ਵੀ, ਜਿਹੜਾ ਮੇਰੇ ਕੋਲ ਅਖਬਾਰ ਹੈਗਾ ਉਹਦੇ ਵਿੱਚ ਵੀ ਲੱਗੀ ਹੋਈ ਹੈ, ਪਰ ਉਹ ਸ਼ਾਇਦ ਸਾਡੇ ਮੰਤਰੀਆਂ ਨਾਲ ਸੰਬੰਧਿਤ ਹੋਣ ਕਰਕੇ ਜਿਹੜੀ ਆ ਉਹ ਪਹਿਲੇ ਪੇਜ 'ਤੇ ਲੱਗੀ ਹੋਈ ਹੈ। ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਵਿੱਚ ਮੋਦੀ ਸ਼ਾਮਲ ਹੋਣਗੇ ਅਤੇ ਲੌਂਗੋਵਾਲ ਦੇ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਸਿੱਖ ਵਫਦ ਨੇ ਜਿਹੜਾ ਸੱਦਾ ਦਿੱਤਾ ਹੈ। ਸੋ ਅਸੀਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਆਮ ਲੋਕਾਂ ਨਾਲ ਜੁੜੀ ਹੋਈ ਖਬਰ ਕਈ ਵਾਰੀ ਪਹਿਲੇ ਪੇਜ 'ਤੇ ਘੱਟ ਜਿਹੜੀ ਆ ਉਸਨੂੰ ਤਰਜੀਹ ਮਿਲਦੀ ਹੈ, ਅਤੇ ਜਦੋਂ ਲੀਡਰਾਂ ਦੀ ਗੱਲ ਆ ਜਾਂਦੀ ਹੈ, ਜਦੋਂ ਸਿਆਸੀ ਲੀਡਰਾਂ ਦੀ ਗੱਲਬਾਤ ਹੁੰਦੀ ਹੈ, ਉਹਨਾਂ ਦੇ ਬਿਆਨਾਂ ਦੀ ਗੱਲ ਹੁੰਦੀ ਹੈ ਜਾਂ ਉਹਨਾਂ ਦੇ ਨਾਲ ਸੰਬੰਧਿਤ ਕੋਈ ਵੀ ਖਬਰ ਜਾਂ ਮੁੱਦਾ ਹੁੰਦਾ ਹੈ, ਅਤੇ ਉਹ ਜਿਹੜੀ ਆ ਉਹ ਪਹਿਲੇ ਪੇਜ 'ਤੇ ਉਹਨੂੰ ਜ਼ਿਆਦਾ ਜਗ੍ਹਾ ਦਿੱਤੀ ਜਾਂਦੀ ਹੈ। ਬਿਲਕੁਲ, ਔਰ ਨਾਲ ਦੀ ਨਾਲ ਇੱਕ ਜਿਹੜੀ ਹੋਰ ਖਬਰ, ਇੱਕ ਬੜਾ ਮੁੱਦਾ ਬਣੀ ਹੋਈ ਹੈ ਕਾਫੀ ਸਮੇਂ ਤੋਂ ਕਿ ਜਿਹੜੇ ਡੇਰਾ ਮੁਖੀ ਨੇ, ਸਿਰਸਾ ਡੇਰਾ ਦੇ ਮੁਖੀ ਨੇ, ਬਿਲਕੁਲ ਰਵੀ ਤੁਹਾਡੇ ਨਾਲ ਵੀ ਗੱਲਬਾਤ ਇਸ ਤਰ੍ਹਾਂ ਜਾਰੀ ਰੱਖਾਂਗੇ। ਹਰਮਨਦੀਪ ਸਾਡੇ ਨਾਲ ਇਸ ਵੇਲੇ ਮੰਚ ਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ। ਹਰਮਨ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਤੁਹਾਡੇ ਹੱਥ ਵਿੱਚ ਵੀ ਇੱਕ ਪੰਜਾਬੀ ਅਖਬਾਰ ਹੈਗਾ, ਕਿਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਇਸ 'ਤੇ ਉਭਾਰੇ ਗਏ ਨੇ, ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਜਿਹੜੇ ਮੁੱਦੇ ਜਿਹੜੇ ਆ ਪਹਿਲੇ ਪੇਜ 'ਤੇ ਲੈ ਗਏ ਨੇ ਉਹਨਾਂ ਨੂੰ ਇਹ ਜਗ੍ਹਾ ਦੇਣੀ ਬਣਦੀ ਸੀ, ਜਾਂ ਤੁਹਾਨੂੰ ਲੱਗਦਾ ਕਿ ਕੋਈ ਅਜਿਹੀ ਖਬਰ ਹੈ ਜਿਸ ਨੂੰ ਅਸੀਂ ਅਗਲੇ ਪੰਨਿਆਂ 'ਤੇ ਵੀ ਲਿਜਾਇਆ ਜਾ ਸਕਦਾ ਸੀ, ਜਾਂ ਅੰਦਰ ਵਾਲੀਆਂ ਕੁਝ ਖਬਰਾਂ ਜਿਹੀਆਂ ਅਹਿਮ ਨੇ ਜਿਨ੍ਹਾਂ ਨੂੰ ਪਹਿਲੇ ਪੇਜ 'ਤੇ ਜਿਹੜਾ ਉਹ ਰੱਖਿਆ ਜਾ ਸਕਦਾ ਸੀ। ਨਹੀਂ ਕੌਮਿਤਾ ਜੀ, ਤੁਸੀਂ ਸਹੀ ਕਹਿ ਰਹੇ ਹੋ, ਇਹ ਜਿਹੜੀ ਮੋਦੀ ਦੇ ਪ੍ਰਕਾਸ਼ ਪੁਰਬ 'ਚ ਹਿੱਸਾ ਲੈਣ ਦਾ ਹੈ ਵੇਰਵਾ ਦਿੱਤਾ ਇਹਨਾਂ ਨੇ, ਇਹ ਵਾਕਈ ਅਕਾਲੀ ਦਲ ਜਾਂ ਭਾਜਪਾ ਵੱਲੋਂ ਇਹਨੂੰ ਪ੍ਰਮੁੱਖਤਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਦੋਨੋਂ ਆਪਣੇ ਆਪ ਨੂੰ ਕੋਸ਼ਿਸ਼ ਕਰ ਰਹੇ ਨੇ ਕਿ ਇਹਨੂੰ ਕਾਂਗਰਸ ਦੇ ਝੋਲੀ 'ਚੋਂ ਅਸੀਂ ਆਪਣੇ ਹਿੱਸੇ ਲੈ ਜਾਈਏ, ਅਤੇ ਜਿਹੜਾ ਕਰਤਾਰਪੁਰ ਲਾਂਘਾ ਹੈ ਉਹ ਸਾਡੇ ਮਤਲਬ ਸਾਨੂੰ ਇਹਦਾ ਬੈਨੀਫਿਟ ਜਾ ਰਿਹਾ, ਸਾਡੀ ਪਾਰਟੀਆਂ ਨੂੰ ਇਹਦੇ ਜੀ, ਇਸ ਇਹੀ ਕਾਰਨ ਮੁੱਖ ਹੈ ਕਿ ਇਹਨੂੰ ਪ੍ਰਮੁੱਖਤਾ ਦਿੱਤੀ ਗਈ ਹੈ, ਇਸਨੂੰ ਲਗਾਇਆ ਗਿਆ ਹੈ, ਇਹ ਚਾਹੀਦਾ ਵੀ ਹੈ ਵੈਸੇ, ਪਰ ਇਹ ਰਾਜਨੀਤੀ ਜ਼ਿਆਦਾ ਹੈ ਇਹਦੇ ਵਿੱਚ, ਅਤੇ ਮਤਲਬ ਧਾਰਮਿਕਤਾ ਘੱਟ ਨਜ਼ਰ ਆਉਂਦੀ ਹੈ ਤੇ ਪਰ ਰਾਜਨੀਤਿਕ ਲਾਹਾ ਲੈਣ ਦੀ ਜ਼ਿਆਦਾ ਕੋਸ਼ਿਸ਼ ਕੀਤੀ ਗਈ। ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੋਰ ਵੀ ਕਈ ਜਿਹੜੀਆਂ ਖਬਰਾਂ ਹੈਗੀਆਂ ਨੇ, ਜੇ ਅਸੀਂ ਪਹਿਲੇ ਪੇਜ ਦੀ ਗੱਲ ਕਰੀਏ ਤਾਂ ਜਿਵੇਂ ਜਿਸ ਤਰ੍ਹਾਂ ਕਿਸ਼ਤਵਾੜ ਦੇ ਵਿੱਚ ਹਾਦਸਾ ਵਾਪਰਿਆ ਹੈ, ਅਤੇ ਉਸਦੇ ਨਾਲ ਹੀ ਇੱਕ ਖਬਰ ਜਿਹੜੀ ਆ ਮੈਂ ਦੱਸਿਆ ਸੀ ਕਿ ਇਸ ਦੇ ਵਿੱਚ ਹੋਰ ਜਿਹੜਾ ਇੱਕ ਨਿਊਜ਼ ਪੇਪਰ ਨੇ ਜਿਹੜਾ ਖਬਰ ਲਗਾਈ ਹੈ, ਵੱਖ ਵੱਖ ਪਹਿਲੂ ਜਿਹੜੇ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ, ਜਿਸ ਦੇ ਵਿੱਚ ਹੋਰ ਜਿਹੜੇ ਹਾਦਸੇ ਵਾਪਰੇ ਨੇ ਉਸ ਦਿਨ ਦੇ ਵਿੱਚ, ਕੱਲ੍ਹ ਦੇ ਦਿਨ ਦੇ ਵਿੱਚ, ਉਹਨਾਂ ਦਾ ਵੀ ਵੇਰਵਾ ਦਿੱਤਾ ਗਿਆ ਹੈ ਕਿ ਹੋਰ ਵੀ ਕਈ ਵੱਖ ਵੱਖ ਹਾਦਸੇ ਵਾਪਰੇ ਜਿਨ੍ਹਾਂ ਦੇ ਵਿੱਚ 13 ਮੌਤਾਂ ਹੋਈਆਂ ਨੇ, ਅਤੇ ਇਸ ਖਬਰ ਦੇ ਵੀ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਉਜਾਗਰ ਕੀਤਾ ਗਿਆ ਹੈ ਕਿ ਓਵਰਲੋਡਿੰਗ ਕਰਕੇ ਜਿਹੜਾ ਉਹ ਹਾਦਸਾ ਵਾਪਰਿਆ ਹੈ, ਅਤੇ ਇਸ ਤਰ੍ਹਾਂ ਤੱਕ ਕਿ ਜੋ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਜਿਹੜੀ ਦਿੱਤੀ ਗਈ ਹੈ ਉਸਦੇ ਬਾਰੇ ਵੀ ਜਿਹੜਾ ਚੰਗੀ ਤਰ੍ਹਾਂ ਜਿਹੜਾ ਇਸ ਖਬਰ ਨੂੰ ਜਿਹੜਾ ਪ੍ਰਕਾਸ਼ਿਤ ਕੀਤਾ ਗਿਆ ਹੈ। ਸੋ ਹਾਦਸੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਨੇ, ਸੜਕ ਹਾਦਸੇ, ਸੋ ਵਧੀਆ ਢੰਗ ਨਾਲ ਜਿਹੜੀ ਆ ਖਬਰ ਉਹ ਪ੍ਰਕਾਸ਼ਿਤ ਕੀਤੀ ਹੈ, ਪਰ ਨਾਲ ਦੀ ਨਾਲ ਸਾਨੂੰ ਵੀ ਜਿਹੜਾ ਇਸ 'ਤੇ ਵੀ ਗੱਲ ਕਰਨੀ ਪਏਗੀ ਕਿ ਇਹਨਾਂ ਹਾਦਸਿਆਂ ਨੂੰ ਰੋਕਣ ਦੇ ਲਈ ਕੀ ਕੁਛ ਕੀਤਾ ਜਾ ਰਿਹਾ ਹੈ, ਅਤੇ ਇਹ ਪੜਚੋਲ ਜਿਹੜੀ ਕਰਨੀ ਪਏਗੀ ਕਿਉਂ ਅਜਿਹੇ ਹਾਦਸੇ ਵਾਪਰਦੇ ਨੇ। ਇੱਕ ਮੇਰੇ ਕੋਲ ਅਖਬਾਰ ਹੈ ਜੀ, ਉਹਦੇ ਵਿੱਚ ਸਨੀ ਦਿਓਲ ਦੀ ਖਬਰ ਲਗਾਈ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣਾ ਕੰਮ ਜੋ ਨੁਮਾਇੰਦਾ ਹੈ ਉਹ
ਇੱਕ ਗੁਰਪ੍ਰੀਤ ਪਲਹੇੜੀ ਨੂੰ ਚੁਣ ਲਿਆ ਗਿਆ, ਜਦਕਿ ਲੋਕਾਂ ਨੇ ਸਨੀ ਦਿਓਲ ਨੂੰ ਜਿੱਤ ਕੇ ਦਿੱਤਾ ਸੀਗਾ ਆਪਣਾ ਨੁਮਾਇੰਦਾ ਸਨੀ ਦਿਓਲ ਨੂੰ। ਬਿਲਕੁਲ ਹਰਮਨ, ਇਹ ਖਬਰ ਕਾਫੀ ਸੁਰਖੀਆਂ ਦੇ ਵਿੱਚ ਹੈਗੀ ਹੈ, ਜਿਸ ਤਰ੍ਹਾਂ ਇਹ ਖਬਰ ਜਿਹੜੀ ਮਿਲਦੀ ਹੈ ਕਿ ਸਨੀ ਦਿਓਲ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਦਿੱਤੀ ਹੈ, ਕਾਫੀ ਮੁੱਦਾ ਜਿਹੜਾ ਉਹ ਸਾਹਮਣੇ ਆਇਆ ਹੈਗਾ ਆ। ਸੋ ਵਾਕਈ ਇਹ ਜਿਹੜੀ ਖਬਰ ਆ, ਚਾਹੇ ਇਹ ਸਿਆਸੀ ਖਬਰ ਹੈ, ਮੈਨੂੰ ਲੱਗਦਾ ਕਿ ਆਮ ਲੋਕਾਂ ਦੇ ਨਾਲ ਸਰੋਕਾਰ ਰੱਖ, ਇਹਦੇ ਵਿੱਚ ਕਾਂਗਰਸ ਨੂੰ ਬੋਲਣ ਦਾ ਮੌਕਾ ਮਿਲ ਗਿਆ। ਇਹਦੇ ਵਿੱਚ ਜੋ ਜਾਖੜ ਨੇ ਉਹਨਾਂ ਨੇ ਬਿਲਕੁਲ ਇਹਨਾਂ ਨੂੰ ਟਾਰਗੇਟ ਕੀਤਾ ਕਿ ਹੋ ਸਕਦਾ ਹੈ ਕਿ ਲੋਕ ਸਭਾ ਦੇ ਵਿੱਚ ਵੀ ਉਹ ਆਪਣਾ ਗੁਰਪ੍ਰੀਤ ਪਲਹੇੜੀ ਜਾਂ ਕੋਈ ਹੋਰ ਮਤਲਬ ਨੁਮਾਇੰਦਾ ਨਾ ਭੇਜਣ। ਤੰਜ ਭਰਿਆ ਜਿਹੜਾ ਇੱਕ ਬਿਆਨ ਦਿੱਤਾ ਹੈਗਾ ਉਹਨਾਂ ਨੇ, ਤੇ ਇਹ ਵਾਕਈ ਬਹੁਤ ਜ਼ਿਆਦਾ ਹੈਰਾਨ ਕਰਨ ਦੇਣ ਵਾਲਾ ਗੱਲ ਹੈ ਕਿ ਜਦੋਂ ਜਿੱਤ ਕੇ ਦਿੱਤਾ ਹੈ, ਸਨੀ ਦਿਓਲ ਜਿੱਤ ਕੇ ਗਏ ਨੇ ਇੱਥੋਂ, ਤੇ ਉਹਨਾਂ ਨੂੰ ਹੀ ਨੁਮਾਇੰਦਗੀ ਕਰਨ ਦਾ ਅਧਿਕਾਰ ਸੀ, ਇਹ ਇੱਕ ਤਰ੍ਹਾਂ ਨਾਲ ਡੰਮੀ ਆਪਣਾ ਖੜਾ ਕਰਕੇ ਉਹਨਾਂ ਨੇ। ਬਿਲਕੁਲ, ਔਰ ਇੱਕ ਇੱਕ ਹੋਰ ਵੀ ਨਿਊਜ਼ ਜਿਹੜੀ ਇੱਕ ਪ੍ਰਮੁੱਖਤਾ ਦੇ ਨਾਲ ਮਤਲਬ ਅਖਬਾਰਾਂ ਨੇ ਲਗਾਈ ਹੈ, ਪਰ ਮੇਰੇ ਕੋਲ ਜਿਹੜਾ ਇੱਕ ਅਖਬਾਰ ਹੈਗਾ ਉਸ 'ਤੇ ਨਿਊਜ਼ ਉਹ ਹੈਗੀ ਹੈ ਕਿ ਪਾਕਿਸਤਾਨ ਨੇ ਜੇਲ੍ਹਾਂ 'ਚ ਬੰਦ ਜਿਹੜੇ 261 ਕੈਦੀਆਂ ਦੀ ਜਿਹੜੀ ਸੂਚੀ ਆ ਉਹ ਭਾਰਤ ਨੂੰ ਸੌਂਪੀ ਹੈ। ਉਹਦੇ ਵਿੱਚ ਜਿਹੜੀ ਉਹ ਜਗ੍ਹਾ ਹੈ ਉਹ ਮੈਨੂੰ ਲੱਗਦਾ ਹੈ ਕਿ ਇਸ ਨੂੰ ਥੋੜ੍ਹਾ ਜਿਹਾ ਹੋਰ ਵਿਸਥਾਰ ਨਾਲ ਪਹਿਲੇ ਪੰਨੇ 'ਤੇ ਪ੍ਰਕਾਸ਼ਿਤ ਕਰਨਾ ਚਾਹੀਦਾ ਸੀ। ਬਹੁਤ ਥੋੜ੍ਹੀ ਜਗ੍ਹਾ ਦੇ ਕੇ ਉਹਦਾ ਸਿਰਫ ਹੈਡਲਾਈਨ ਅਤੇ 2-4 ਲਾਈਨਾਂ ਨੇ ਜਿਹੜੀਆਂ ਠੀਕ ਹੈ ਕਿ ਉਹ ਬਾਕੀ ਖਬਰ ਹੈ ਜਿਹੜੀ ਅੱਗੇ ਲੈ ਗਏ ਆ, ਅਤੇ ਇਸ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਜਿਹੜੇ ਰੋਜ਼ਾਨਾ ਅਖਬਾਰ ਆ ਉਹਨਾਂ ਨੇ ਇਸ ਖਬਰ ਨੂੰ ਇਸੇ ਤਰ੍ਹਾਂ ਤਰਜੀਹ ਦਿੱਤੀ ਆ, ਪਰ ਇੱਕ ਦੋ ਅਖਬਾਰ ਇੱਦਾਂ ਦੇ ਵੀ ਜਿਹੜੇ 3 ਜਾਂ 4 ਪੰਨੇ 'ਤੇ ਇਸ ਖਬਰ ਨੂੰ ਲੈ ਕੇ ਗਏ ਆ। ਔਰ ਨਾਲ ਦੀ ਨਾਲ ਇੱਕ ਹੋਰ ਜਿਹੜੀ ਨਿਊਜ਼ ਇਹਨਾਂ ਨੇ ਹਰਮਨ ਜੀ ਨੇ ਸਾਡੇ ਨਾਲ ਜਿਹੜੀ ਸ਼ੇਅਰ ਕੀਤੀ ਹੈ ਕਿ ਗੁਰਪ੍ਰੀਤ ਪਲਹੇੜੀ ਨੂੰ ਸਨੀ ਦਿਓਲ ਨੇ ਆਪਣਾ ਜਿਹੜਾ ਨੁਮਾਇੰਦਾ ਚੁਣਿਆ ਹੈ, ਉਹਨਾਂ 'ਚ ਹਰਮਨ ਜੀ ਇੱਕ ਹੋਰ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜੇ ਪਲਹੇੜੀ ਉਹਨਾਂ ਦੀ ਗੱਲ ਸੁਣੀਏ ਤਾਂ ਉਹ ਕਹਿੰਦੇ ਨੇ ਕਿ ਸਿਰਫ ਦਿਓਲ ਸਾਹਿਬ ਨੇ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਆਫਿਸ ਉੱਥੇ ਆ ਪਠਾਨਕੋਟ ਦੇ ਵਿੱਚ ਹੈ ਅਤੇ ਸਬ ਆਫਿਸ ਉਹਨਾਂ ਦਾ ਗੁਰਦਾਸਪੁਰ 'ਚ ਹੈ, ਤਾਂ ਕਿ 24 ਘੰਟੇ ਸਨੀ ਦਿਓਲ ਇੱਥੇ ਨਹੀਂ ਹਾਜ਼ਰ ਰਹਿ ਸਕਦੇ, ਅਤੇ ਉਹਨਾਂ ਨੂੰ ਇਸ ਕਰਕੇ ਜ਼ਿੰਮੇਵਾਰੀ ਦਿੱਤੀ ਗਈ ਹੈ, ਪਰ ਇਹਦਾ ਜਿਹੜਾ ਅਸਲ ਪੱਖ ਆ ਉਹ ਤਾਂ ਸਨੀ ਦਿਓਲ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ। ਪਰ ਖਬਰ ਦੀ ਗੱਲ ਕਰਦੇ ਹਾਂ ਕਿ ਇਸ ਖਬਰ ਨੂੰ ਵਧੀਆ ਤਰੀਕੇ ਦੇ ਨਾਲ ਲੋਕ ਸਾਰੇ ਮਤਲਬ ਲੋਕਾਂ ਦੇ ਤੱਕ ਪਹੁੰਚਾਉਣ ਦੇ ਲਈ ਅਖਬਾਰਾਂ ਨੇ ਜ਼ਰੂਰ ਇਹਨੂੰ ਪ੍ਰਕਾਸ਼ਿਤ ਕੀਤਾ, ਚਾਹੇ ਉਹ ਦੂਜਾ ਜਾਂ ਤੀਜਾ ਪੰਨਾ ਹੋਵੇ, ਪਰ ਖਬਰ ਨੂੰ ਇਸ ਨੂੰ ਪ੍ਰਮੁੱਖਤਾ ਦੇ ਨਾਲ ਪੇਸ਼ ਕੀਤਾ ਗਿਆ। ਬਿਲਕੁਲ ਰਵੀ, ਇਸ ਦੇ ਨਾਲ ਹੀ ਅਸੀਂ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕੁਛ ਖਾਸ ਖਬਰਾਂ ਜਿਹੜੀਆਂ ਪੰਜਾਬ ਦੇ ਖਾਸ ਮੁੱਦਿਆਂ ਦੀ ਗੱਲਬਾਤ ਕੀਤੀ ਸੀ, ਉਸਦੇ ਵਿੱਚ ਇੱਕ ਰਾਮ ਰਹੀਮ ਨੇ ਜਿਹੜਾ ਪੈਰੋਲ ਦੀ ਅਰਜ਼ੀ ਜਿਹੜੀ ਆ ਉਹ ਵਾਪਸ ਲੈ ਲਈ ਹੈ। ਸੋ ਮੈਨੂੰ ਲੱਗਦਾ ਹੈ ਕਿ ਇਹ ਵੀ ਕਿਤੇ ਨਾ ਕਿਤੇ ਲੋਕਾਂ ਲਈ ਰਾਹਤ ਦੀ ਖਬਰ ਹੈ, ਕਿਉਂਕਿ ਜੇ ਰਾਮ ਰਹੀਮ, ਜਿਸ ਤਰ੍ਹਾਂ ਕੋਰਟ ਨੇ ਵੀ ਜਿਹੜਾ ਉਹ ਕਿਹਾ ਸੀਗਾ ਕਿ ਜੇ ਰਾਮ ਰਹੀਮ ਬਾਹਰ ਆਉਂਦਾ ਹੈ ਤਾਂ ਕਾਫੀ ਸਥਿਤੀ ਜਿਹੜੀ ਆ ਉਹ ਖਰਾਬ ਹੋ ਸਕਦੀ ਅਤੇ ਉਸਨੂੰ ਸੰਭਾਲਣਾ ਜਿਹੜਾ ਉਹ ਮੁਸ਼ਕਿਲ ਹੋ ਸਕਦਾ ਹੈ, ਚਾਹੇ ਸਿਰਫ ਸਰਕਾਰਾਂ ਲਈ ਨਹੀਂ, ਪਰ ਜਿਸ ਤਰ੍ਹਾਂ ਦੇ ਅਸੀਂ ਹਾਲਾਤ ਦੇਖੀਏ ਜਦੋਂ ਰਾਮ ਰਹੀਮ ਦੀ ਗ੍ਰਿਫਤਾਰੀ ਹੋਈ ਸੀ, ਉਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਸਨ, ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਲਈ ਵੀ ਇਹ ਚਿੰਤਾ ਦਾ ਵਿਸ਼ਾ ਬਣ ਸਕਦਾ ਸੀ। ਬਿਲਕੁਲ, ਜ਼ਾਹਿਰ ਜੀ ਗੱਲ ਹੈ ਕਿ ਜਦੋਂ ਰਾਮ ਰਹੀਮ ਨੂੰ ਜਦੋਂ ਸਜ਼ਾ ਹੁੰਦੀ ਹੈ ਤਾਂ ਉਦੋਂ ਆਪਾਂ ਨੂੰ ਪਤਾ ਹੀ ਹੈ ਕਿ ਪੰਚਕੂਲੇ ਦੇ ਵਿੱਚ ਖੂਨੀ ਝੜਪਾਂ ਹੋਈਆਂ ਸੀ, ਕਈ ਜਾਨਾਂ ਵੀ ਗਈਆਂ। ਪਰ ਇੱਥੇ ਹੁਣ ਇਹ ਵੀ ਗੱਲ ਸੋਚਣ ਦੀ ਬਣਦੀ ਹੈ ਨਾ ਕਿ ਜੇ ਉਹਨਾਂ ਨੇ ਜਿੰਨਾ ਸਮਾਂ ਮੰਗਿਆ 52 ਦਿਨ ਦਾ ਸਮਾਂ ਮੰਗਿਆ ਸੀ, ਜੇ ਵਾਕਈ ਉਹਨਾਂ ਨੂੰ ਪੈਰੋਲ ਮਿਲ ਜਾਂਦੀ ਹੈ ਅਤੇ ਵਾਪਸ ਜਦੋਂ ਆਉਂਦੇ ਆ ਦੁਬਾਰਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਲਿਜਾਣਾ ਪਊਗਾ ਅਤੇ ਇਹ ਹਾਲਾਤ ਦੁਬਾਰਾ ਵੀ ਪੈਦਾ ਹੋ ਸਕਦੇ। ਬਿਲਕੁਲ ਬਿਲਕੁਲ ਰਵੀ, ਇਹ ਕਾਫੀ ਅਹਿਮ ਖਬਰ ਸੀ ਅਤੇ ਇਸ ਦੇ ਨਾਲ ਹੀ ਅਸੀਂ ਦੇਖੀਏ ਜੋ ਅਸੀਂ ਆਮ ਲੋਕਾਂ ਨਾਲ ਜੁੜੀਆਂ ਕੁਛ ਹੋਰ ਖਬਰਾਂ ਦੀ ਗੱਲ ਕਰੀਏ ਅਤੇ ਇੱਕ ਪਨਬੱਸ ਮੁਲਾਜ਼ਮ ਜਿਹੜੇ ਨੇ ਉਹ 3 ਰੋਜ਼ਾ ਜਿਹੜੇ ਉਹ ਹੜਤਾਲ 'ਤੇ ਨੇ ਸਾਰੀਆਂ ਅਖਬਾਰਾਂ ਵੱਲੋਂ, ਮੈਨੂੰ ਲੱਗਦਾ ਕਿ ਇਹ ਖਬਰ ਲਾਈ ਗਈ ਹੈ ਆਮ ਲੋਕਾਂ ਨਾਲ ਇਸ ਲਈ ਵੀ ਜੁੜੀ ਹੋਈ ਹੈ ਕਿਉਂਕਿ ਲੋਕਾਂ ਨੂੰ ਜਿਹੜਾ ਇਸ 'ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ, ਜਿਹੜੇ ਰੋਜ਼ਾਨਾ ਸਫ਼ਰ ਕਰਦੇ ਨੇ ਉਹਨਾਂ ਲਈ ਕਾਫੀ ਅਹਿਮ ਖਬਰ ਹੈਗੀ ਹੈ ਕਿ 3 ਦਿਨ ਦੇ ਲਈ ਪਨਬੱਸ ਦੇ ਮੁਲਾਜ਼ਮ ਜਿਹੜੇ ਉਹ ਹੜਤਾਲ 'ਤੇ ਰਹਿਣਗੇ। ਸਾਰੇ ਨਿਊਜ਼ ਪੇਪਰ ਵੱਲੋਂ ਲਾਈ ਗਈ, ਪਰ ਮੈਨੂੰ ਲੱਗਦਾ ਹੈ ਕਿ
ਪਹਿਲੇ ਪੇਜ ਉੱਤੇ ਜਿਹੜੀ ਆ ਖਬਰ ਜਿਹੜੀ ਆ ਉਹ ਚਾਹੀਦੀ ਸੀ, ਕਿਉਂਕਿ ਤਾਂ ਜੋ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਨੂੰ ਜਾਂ ਹਰ ਲੋਕਾਂ ਤੱਕ ਜਿਹੜਾ ਆਮ ਲੋਕਾਂ ਤੱਕ ਇਹ ਖਬਰ ਜਿਹੜੀ ਆ ਪਹੁੰਚਣੀ ਚਾਹੀਦੀ ਸੀ ਕਿ ਕੱਲ੍ਹ ਤੋਂ ਉਹਨਾਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ। ਇਸੇ ਤਰ੍ਹਾਂ ਪਾਵਰਕੌਮ ਵੱਲੋਂ 5,368 ਕਰਮਚਾਰੀਆਂ ਨੂੰ ਰੈਗੂਲਰ ਜਿਹੜੀ ਭਰਤੀ ਦੀ ਜਿਹੜੀ ਆ ਉਹ ਵੀ ਖਬਰ ਲੱਗੀ ਹੈਗੀ ਆ, ਅਹਿਮ ਖਬਰ ਹੈ, ਕਿਉਂਕਿ ਪਿੱਛੇ ਜਿਵੇਂ ਸਾਹਮਣੇ ਆਇਆ ਸੀਗਾ ਕਿ ਪਾਵਰਕੌਮ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੇ ਹੋਰ ਮੁਲਾਜ਼ਮਾਂ ਦੀ ਜਿਹੜੀ ਭਰਤੀ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ। ਸੋ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਵਿੱਚ ਹੀ ਜਿਹੜਾ ਇਹ ਇਸ ਤਰ੍ਹਾਂ ਦਾ ਜਿਹੜਾ ਸਟੈਪ ਚੁੱਕਿਆ ਗਿਆ। ਸੋ ਗੱਲਬਾਤ ਅਸੀਂ ਬਿਲਕੁਲ ਇਸ ਤਰ੍ਹਾਂ ਮੁੱਦਿਆਂ 'ਤੇ ਅਸੀਂ ਜਿਹੜੇ ਤੁਹਾਡੇ ਆਮ ਲੋਕਾਂ ਦੇ ਨਾਲ ਜੁੜੇ ਮਸਲਿਆਂ 'ਤੇ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇੱਥੇ ਰੁਕ ਰਹੇ ਹਾਂ ਕਿ ਛੋਟੇ ਜਿਹੇ ਬ੍ਰੇਕ ਲਈ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਬ੍ਰੇਕ ਤੋਂ ਬਾਅਦ ਉੱਕਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਕੈਬਨਿਟ ਮੰਚ ਦੇ ਵਿੱਚ, ਅਤੇ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਹੁਣ ਅਸੀਂ ਜਾਰੀ ਰੱਖਦੇ ਹਾਂ। ਮੇਰੇ ਨਾਲ ਮੇਰੇ ਸਹਿਯੋਗੀ ਨੇ ਹਰਮਨਦੀਪ ਸਿੰਘ। ਹਰਮਨ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਤੁਹਾਡੇ ਕੋਲ ਜਿਹੜਾ ਪੰਜਾਬੀ ਅਖਬਾਰ ਹੈਗਾ ਉਸਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੀਆਂ ਖਬਰਾਂ ਨੂੰ ਉਭਾਰਿਆ ਗਿਆ, ਕਿ ਤੁਹਾਨੂੰ ਲੱਗਦਾ ਕਿ ਸਾਰੇ ਮੁੱਦੇ ਜਿਹੜੇ ਹੈਗੇ ਨੇ ਉਹ ਵਧੀਆ ਤਰੀਕੇ ਨਾਲ ਚੁੱਕੇ ਗਏ ਨੇ, ਜਿਹੜੇ ਖਾਸ ਕਰ ਲੋਕਾਂ ਦੇ ਨਾਲ ਜੁੜੇ ਹੋਏ ਨੇ, ਨਾ ਕਿ ਸਿਆਸੀ ਰੰਗਤ ਵਾਲੇ? ਇੱਕ ਅਖਬਾਰ ਹੈ ਮੈਮ ਮੇਰੇ ਕੋਲ ਜਿਹਦੇ ਵਿੱਚ ਨਸ਼ਿਆਂ ਦੇ ਉੱਤੇ ਮੇਨ ਚੁੱਕਿਆ ਗਿਆ ਮੁੱਦਾ, ਇਹ ਜਦਕਿ ਪਹਿਲੇ ਫਰੰਟ 'ਤੇ ਆਉਣਾ ਚਾਹੀਦਾ ਸੀ। ਇਹਨੂੰ 4 ਨੰਬਰ ਪੰਨੇ 'ਤੇ ਦੇ ਕੇ ਇਹਨਾਂ ਨੇ ਅਖਬਾਰ ਮਤਲਬ ਨਸ਼ਿਆਂ ਨੂੰ ਕਾਫੀ ਮਤਲਬ ਕਹਿ ਲਓ ਕਿ ਨਸ਼ਿਆਂ ਦੇ ਖਿਲਾਫ ਜਿਹੜਾ ਉਹਨਾਂ ਨੇ ਕਾਫੀ ਵਧੀਆ ਤਰੀਕੇ ਦੇ ਨਾਲ ਲਾਇਆ, ਪਰ ਇਹਨੂੰ ਅੱਗੇ ਲੈ ਕੇ ਆਉਣਾ, ਪਰ ਇਹਨੂੰ ਫਰੰਟ 'ਤੇ ਲਿਆਉਣਾ ਚਾਹੀਦਾ ਸੀ, ਇਹਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਸੀ, ਜੋ ਕਿ ਵਾਕਈ ਸਰਕਾਰ ਲਈ ਸ਼ੀਸ਼ੇ ਦਾ ਕੰਮ ਕਰ ਰਿਹਾ। ਅਤੇ ਵਾਕਈ ਇਹਨਾਂ ਨੇ ਦੱਸਿਆ ਅਖਬਾਰ ਨੇ ਕਿ ਪੰਜਾਬ ਸਰਕਾਰ ਅਤੇ ਪੁਲਿਸ ਲਈ ਇਹ ਚੁਣੌਤੀ ਬਣ ਚੁੱਕੇ ਨੇ, ਨਸ਼ਾ ਇਹਨਾਂ ਨੂੰ ਕੰਟਰੋਲ ਕਰਨਾ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ, ਤੇ ਜਿਹਦੇ ਕਾਰਨ ਇੱਕ ਮੌਤ ਵੀ ਹੋਈ ਹੈ, ਇਹਦੇ ਮੌਤ ਦੀ ਵੀ ਖਬਰ ਲਗਾਈ ਹੈ, ਇਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ। ਜੀ ਬਿਲਕੁਲ, ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਵੀ ਜਿਹੜਾ ਮੇਰੇ ਕੋਲ ਅਖਬਾਰ ਹੈਗਾ ਉਹਦੇ ਵਿੱਚ ਵੀ ਖਬਰ ਲੱਗੀ ਹੋਈ ਹੈ, ਪੰਜਾਬ ਪੇਜ ਉੱਤੇ ਲੱਗੀ ਹੋਈ ਹੈ 5 ਨੰਬਰ ਪੇਜ ਉੱਤੇ, ਕਿ ਨਸ਼ੇ ਦੀ ਓਵਰਡੋਜ਼ ਕਾਰਨ ਜਿਹੜਾ ਹੈਗਾ ਆ ਉਹ 24 ਸਾਲਾ ਜਿਹੜਾ ਨੌਜਵਾਨ ਆ ਉਹ ਕੱਲਾ ਪੁੱਤ ਉਹ ਆਪਣੀ ਜਾਨ ਗੁਆ ਚੁੱਕਾ। ਬਿਲਕੁਲ, ਤੇ ਰਵੀ ਅਸੀਂ ਅਕਸਰ ਜਿਹੜਾ ਰੋਜ਼ ਜਿਹੜੀਆਂ ਖਬਰਾਂ ਜਦੋਂ ਵੀ ਅਸੀਂ ਖਬਰਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਖਬਰਾਂ ਲੱਗੀਆਂ ਹੋਈਆਂ ਨੇ, ਸੋ ਅਸੀਂ ਵੀ ਨੋਟਿਸ ਕੀਤਾ ਹੈ ਕਿ ਖੁਦਕੁਸ਼ੀ ਅਤੇ ਨਸ਼ੇ ਜਿਹੜੀਆਂ ਇਹਨਾਂ ਦੀਆਂ ਅਜਿਹੀਆਂ ਖਬਰਾਂ ਜਿਹੜੀਆਂ ਉਹ ਸਾਡੇ ਪੰਜਾਬ ਤੋਂ ਬਹੁਤ ਜ਼ਿਆਦਾ ਆ ਰਹੀਆਂ ਨੇ, ਹਰ ਰੋਜ਼ ਆ ਰਹੀਆਂ ਨੇ। ਸ਼ਾਇਦ ਹੀ ਕੋਈ ਅਜਿਹਾ ਦਿਨ ਹੁੰਦਾ ਹੋਊਗਾ ਜਦੋਂ ਅਜਿਹੇ ਮਸਲੇ ਸਾਡੇ ਸਾਹਮਣੇ ਨਹੀਂ ਆਉਂਦੇ, ਸੋ ਕਾਫੀ ਵੱਡੀ ਚਿੰਤਾ ਦਾ ਵਿਸ਼ਾ ਹੈਗਾ। ਮੈਨੂੰ ਲੱਗਦਾ ਕਿ ਜਦੋਂ ਸਾਡੇ ਲੀਡਰ ਇੱਕ ਦੂਜੇ 'ਤੇ ਬਿਆਨਬਾਜ਼ੀਆਂ ਕਰਨ 'ਤੇ ਜਾਂ ਇੱਕ ਦੂਸਰੇ ਨੂੰ ਇੱਕ ਦੂਸਰੇ ਦੇ ਅੱਗੇ ਪਿੱਛੇ ਜਿਹੜਾ ਇਹ ਆਪਣੇ ਗੱਲਾਂ ਬਾਤਾਂ ਕਰਦੇ ਨੇ, ਇਹਦੇ ਨਾਲੋਂ ਇਹਨਾਂ ਨੂੰ ਆਪਣੇ ਪੰਜਾਬ ਦੀ ਸਥਿਤੀ ਸੁਧਾਰਨ ਵੱਲ ਜਿਹੜਾ ਉਹ ਧਿਆਨ ਦੇਣਾ ਚਾਹੀਦਾ। ਸੋ ਲੀਡਰਾਂ ਦੇ ਧਿਆਨ ਵਿੱਚ ਵੀ ਇਹ ਗੱਲਾਂ ਉਦੋਂ ਆਉਣਗੀਆਂ ਜਦੋਂ ਅਸੀਂ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਇਹਨਾਂ ਖਬਰਾਂ ਨੂੰ ਪ੍ਰਕਾਸ਼ਿਤ ਕਰਾਂਗੇ, ਸਾਡੇ ਧਿਆਨ ਵਿੱਚ, ਆਮ ਲੋਕਾਂ ਦੇ ਧਿਆਨ ਵਿੱਚ ਤੇ ਲੀਡਰਾਂ ਦੇ ਧਿਆਨ ਵਿੱਚ ਇਹ ਖਬਰਾਂ ਜਿਹੜੀਆਂ ਉਹ ਲਿਆਂਦੀਆਂ ਜਾਣਗੀਆਂ। ਜੀ ਬਿਲਕੁਲ, ਮੇਰੇ ਕੋਲ ਜਿਹੜਾ ਅਖਬਾਰ ਹੈ ਉਸ 'ਤੇ ਨਾ, ਕਿਉਂਕਿ ਲੋਕ ਸਭਾ ਦਾ ਸੈਸ਼ਨ ਆ ਜਿਹੜਾ ਉਹ ਲਗਾਤਾਰ ਚੱਲ ਰਿਹਾ, ਔਰ ਡੇਲੀ ਦੀ ਡੇਲੀ ਹਰ ਰੋਜ਼ ਆਪਾਂ ਦੇਖਦੇ ਹਾਂ ਕਿ ਅਮਿਤ ਸ਼ਾਹ ਵੱਲੋਂ ਜਿਹੜਾ ਵੀ ਮੁੱਦਾ ਚੱਕਿਆ ਜਾਂਦਾ ਉਹਨੂੰ ਪਹਿਲੇ ਪੇਜ 'ਤੇ ਪ੍ਰਕਾਸ਼ਿਤ ਕੀਤਾ ਜਾਂਦਾ, ਆਪਾਂ ਰੋਜ਼ ਦੇਖਦੇ ਹਾਂ। ਪਰ ਇੱਥੇ ਇੱਕ ਹੋਰ ਜਿਹੜੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਭਗਵੰਤ ਮਾਨ ਦੇ ਵੱਲੋਂ ਵੀ ਜਿਹੜੇ ਮੁੱਦੇ ਆ ਬੜੇ ਵਧੀਆ ਤਰੀਕੇ ਦੇ ਨਾਲ ਉਭਾਰੇ ਜਾਂਦੇ ਆ, ਪੰਜਾਬ ਦੇ ਮੁੱਦੇ ਚੱਕੇ ਜਾਂਦੇ ਆ, ਔਰ ਉਹ ਮੁੱਦੇ ਜਿਹੜੇ ਕਦੇ ਕੋਈ ਨਹੀਂ ਚੱਕਦਾ ਉਹਨਾਂ ਨੂੰ ਭਗਵੰਤ ਮਾਨ ਬਹੁਤ ਵਧੀਆ ਤਰੀਕੇ ਦੇ ਨਾਲ ਉੱਥੇ ਲੋਕ ਸਭਾ ਦੇ ਵਿੱਚ ਉਹਨਾਂ ਦੀ ਗੂੰਜ ਜਿਹੜੀ ਪੈਂਦੀ ਆ, ਪਰ ਕਦੇ ਵੀ ਭਗਵੰਤ ਮਾਨ ਦੀ ਜਿਹੜੀ ਖਬਰ ਆ ਉਹ ਪਹਿਲੇ ਪੰਨੇ 'ਤੇ ਲੱਗੀ ਨਜ਼ਰ ਨਹੀਂ ਆਉਂਦੀ। ਇਹ ਰਵੀ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ ਵਿੱਚ, ਬਿਲਕੁਲ ਇਹ ਸਹੀ ਗੱਲ ਤੁਸੀਂ ਕਹੀ ਹੈ ਕਿ ਭਗਵੰਤ ਮਾਨ ਜਿੰਨਾ ਉਹਨਾਂ ਨੂੰ ਇਹ ਭਗਵੰਤ ਮਾਨ ਹੀ ਇੱਕ ਅਜਿਹਾ ਸ਼ਖਸ ਹੈ ਜਿਹਨੇ
ਬੀਜੇਪੀ ਨੂੰ ਜਾਂ ਮੋਦੀ ਨੂੰ ਘੇਰਨ ਦੇ ਵਿੱਚ ਸਫਲਤਾ ਜੀ ਬਿਲਕੁਲ ਨਾ ਸਿਰਫ ਅਸੀਂ ਹਰਮਨ ਜੀ ਘੇਰਨ ਦੀ ਗੱਲ ਨਹੀਂ ਕਰਦੇ, ਅਸੀਂ ਸਿਰਫ ਇਹ ਗੱਲ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਮੁੱਦੇ ਜਿਹੜਾ ਵੀ ਬੰਦਾ ਜਿਹੜਾ ਵੀ ਸਾਡਾ ਨੁਮਾਇੰਦਾ ਜਿਹੜਾ ਹੈ ਉਹ ਸੰਸਦ ਵਿੱਚ ਜਾ ਕੇ ਪੰਜਾਬ ਦੇ ਮੁੱਦੇ ਚੱਕਦਾ ਹੈ, ਸੋ ਕਿਤੇ ਨਾ ਕਿਤੇ ਪੰਜਾਬੀ ਮੀਡੀਆ ਵੱਲੋਂ ਜਿਹੜਾ ਪੰਜਾਬ ਦੇ ਪ੍ਰਮੁੱਖ ਪੰਜਾਬ ਦੀ ਨੁਮਾਇੰਦਗੀ ਕਰਦਾ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮੁੱਦੇ ਜਿਹੜੇ ਆ ਉਹ ਉਸ ਵਿਅਕਤੀ ਵੱਲੋਂ ਚੱਕੇ ਗਏ ਮੁੱਦੇ ਜਿਹੜੇ ਆ ਉਹਨਾਂ ਨੂੰ ਜ਼ਰੂਰ ਪ੍ਰਮੁੱਖਤਾ ਨਾਲ ਲਾਇਆ ਜਾਵੇ। ਹਾਲਾਂਕਿ ਬਿਲਕੁਲ ਅਸੀਂ ਦੇਖਿਆ ਕਿ ਹਰ ਰੋਜ਼ ਭਗਵੰਤ ਮਾਨ ਵੱਲੋਂ ਜਿਹੜੇ ਪੰਜਾਬ ਦੇ ਮੁੱਦੇ ਆ ਉਹ ਸੰਸਦ ਵਿੱਚ ਚੁੱਕੇ ਜਾਂਦੇ ਨੇ ਪਰ ਕਿਤੇ ਵੀ ਅਖਬਾਰਾਂ ਵਿੱਚ ਉਸਦਾ ਜ਼ਿਕਰ ਜਿਹੜਾ ਕਾਫੀ ਘੱਟ ਜਿਹੜਾ ਉਹ ਦੇਖਣ ਨੂੰ ਮਿਲਦਾ। ਜੀ ਬਿਲਕੁਲ। ਔਰ ਮੇਰੇ ਕੋਲ ਇੱਕ ਹੋਰ ਜਿਹੜਾ ਇਹ ਅਖਬਾਰ ਹੈਗਾ ਉਹਦੇ ਦੂਜੇ ਪੰਨੇ 'ਤੇ ਬਹੁਤ ਇੰਪੋਰਟੈਂਟ ਨਿਊਜ਼ ਜਿਹੜੀਆਂ ਉਹਨਾਂ ਨੂੰ ਸਹੀ ਜਗ੍ਹਾ 'ਤੇ ਲਾਇਆ ਗਿਆ, ਜਿਵੇਂ ਕਾਂਗਰਸ ਦੇ ਵਿੱਚ ਬੜੀ ਤਰਥੱਲੀ ਮੱਚੀ ਹੋਈ ਆ, ਖਾਸ ਕਰਕੇ ਜਿਹੜੇ ਉਹਨਾਂ ਦੇ ਲੀਡਰ ਹੈ ਜਿਹੜੇ ਇੱਧਰ ਉੱਧਰ ਜਾਣ ਦਾ ਜਿਹੜਾ ਕਵਾਇਦ ਉਹ ਚੱਲੀ ਜਾ ਰਹੀ ਆ। ਕਰਨਾਟਕ 'ਚ ਕਾਂਗਰਸ ਦੇ ਦੋ ਵਿਧਾਇਕ ਨੇ ਜਿਹੜੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ, ਉਹ ਦੂਜੇ ਪੰਨੇ 'ਤੇ ਖਬਰ ਲਾਈ ਗਈ ਹੈ। ਅਤੇ ਇੱਕ ਹੋਰ ਜਿਹੜੀ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਲੁਧਿਆਣਾ ਜੇਲ੍ਹ ਕਾਂਡ ਸੀ ਜਿਹੜਾ, ਉਹਦੇ ਵਿੱਚ ਜਿਹੜੇ ਮਾਰੇ ਗਏ ਨੌਜਵਾਨ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ, ਉਹ 3 ਨੰਬਰ ਪੰਨੇ 'ਤੇ ਲਾਈ ਗਈ ਹੈ ਪੰਜਾਬ ਨਾਲ ਸੰਬੰਧਿਤ ਨਿਊਜ਼ ਆ। ਇੱਕ ਨਿਊਜ਼ ਜਿਹੜੀ ਬਿੱਟੂ ਹੱਤਿਆਕਾਂਡ ਦੇ ਦੋਸ਼ੀ ਨੂੰ 12 ਦਿਨ ਲਈ ਜੇਲ੍ਹ ਭੇਜਿਆ ਗਿਆ। ਇੱਦਾਂ ਦੀਆਂ ਜਿਹੜੀਆਂ ਖਬਰਾਂ ਪੰਜਾਬ ਦੇ ਨਾਲ ਸੰਬੰਧਿਤ ਹੈ ਇਸ ਅਖਬਾਰ ਨੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਸਹੀ ਜਗ੍ਹਾ 'ਤੇ ਪ੍ਰਕਾਸ਼ਿਤ ਕੀਤਾ। ਮੇਰੇ ਕੋਲ ਇੱਕ ਇਸ ਅਖਬਾਰ ਦੇ ਵਿੱਚ ਇੱਕ ਹੋਰ ਜਿਹੜੀ ਮੇਨ ਖਬਰ ਵੱਡੀ ਖਬਰ ਜਿਹੜੀ ਲੱਗੀ ਹੋਈ ਹੈ ਅੰਮ੍ਰਿਤਸਰ ਦੇ ਜਿਹੜੇ ਆ ਪਿੱਛੇ ਲੂਣ ਦੇ ਵਪਾਰੀ ਸੀ ਜਿਹਦੇ ਵਿੱਚ ਹੈਰੋਨ ਆਈ ਸੀ, ਉਹਨਾਂ ਨੂੰ ਪਾਕਿਸਤਾਨ ਵੱਲੋਂ ਜਿਹੜੀ ਹੈਰੋਨ ਆਈ ਹੈ ਲੂਣ ਦੇ ਟਰੱਕਾਂ ਦੀ ਵੱਡੀ ਮਾਤਰਾ ਜਿਹੜੀ ਪਾਈ ਹੈਰੋਨ ਦੀ ਮਾਤਰਾ ਜਿਹੜੀ ਆਈ ਸੀਗੀ ਉਹਦੇ ਵਿੱਚ ਜਿਹੜੇ ਵਿਅਕਤੀ ਇਨਵੋਲਵ ਸੀਗੇ ਉਹਨਾਂ ਨੂੰ ਵੀ ਅਦਾਲਤ ਨੇ ਜੇਲ੍ਹ ਭੇਜਿਆ। ਇਹ ਵੀ ਨਿਊਜ਼ ਪ੍ਰਮੁੱਖਤਾ ਦੇ ਨਾਲ ਜਿਹੜੇ ਆ ਪੰਜਾਬ ਪੰਨੇ 'ਤੇ ਲਾਈ ਗਈ ਆ। ਬਿਲਕੁਲ ਰਵੀ, ਮੇਰੇ ਕੋਲ ਅਖਬਾਰ 'ਤੇ ਜਿਹੜਾ 5 ਨੰਬਰ ਪੇਜ ਉੱਤੇ ਇੱਕ ਖਬਰ ਲੱਗੀ ਹੋਈ ਹੈ, ਨਸ਼ਿਆਂ ਵਿਰੁੱਧ ਜੰਗ 'ਚ ਅਮਰਿੰਦਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕਮਿਸ਼ਨਰੇਟ ਨੂੰ ਵੀ ਸ਼ਾਮਿਲ ਕੀਤਾ ਤੇ ਗੈਰ ਕਾਨੂੰਨੀ ਢੰਗ ਨਾਲ ਵਿਕ ਰਹੀਆਂ ਦਵਾਈਆਂ ਦੀ ਸੂਚਨਾ ਦੇਣ ਵਾਲਿਆਂ ਦਾ ਨਾਮ ਜਿਹੜਾ ਉਹ ਗੁਪਤ ਰੱਖਿਆ ਜਾਏਗਾ। ਮੈਨੂੰ ਲੱਗਦਾ ਕਿ ਜਦੋਂ ਕਿ ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਚਾਹੇ ਨਸ਼ੇ ਦਾ ਮੁੱਦਾ ਚਾਹੇ ਖੁਦਕੁਸ਼ੀਆਂ ਦਾ ਮੁੱਦਾ ਇਹ ਕਾਫੀ ਅਹਿਮ ਹੈਗਾ ਤੇ ਮੈਨੂੰ ਲੱਗਦਾ ਕਿ ਇਹਨਾਂ ਖਬਰਾਂ ਨੂੰ ਪ੍ਰਮੁੱਖਤਾ ਨਾਲ ਲਾਇਆ ਜਾਣਾ ਚਾਹੀਦਾ ਸੀ। ਇਸ ਦੇ ਨਾਲ ਹੀ ਜਿਹੜੀ ਇੱਕ ਹੋਰ ਨਸ਼ੇ ਨਾਲ ਸੰਬੰਧੀ ਜਿਹੜੀ ਖਬਰ ਲੱਗੀ ਹੋਈ ਹੈ, ਤੰਬਾਕੂ ਖਰੀਦਣ ਉੱਤੇ ਉਮਰ ਹੱਦ ਜਿਹੜੀ ਆ ਉਹ 18 ਤੋਂ ਵਧਾ ਕੇ 21 ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਇਹ ਖਬਰ ਹਾਈਲਾਈਟ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਹੁੱਕੇ ਦਾ ਰੁਝਾਨ ਜਿਹੜਾ ਉਹ ਵੱਧ ਰਿਹਾ ਹੈ। ਮੈਨੂੰ ਲੱਗਦਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਸਾਡੀ ਨੌਜਵਾਨੀ ਦੇ ਲਈ, ਪੰਜਾਬ ਦੇ ਲਈ ਖਾਸ ਕਰ। ਇਹ ਸਿਰਫ ਨਸ਼ੇ ਨੂੰ ਵਧਾਉਣ ਦੀ ਇੱਕ ਲੱਗਦੀ ਹੈ ਖਬਰ ਕਿ ਨਸ਼ੇ ਨੂੰ ਜਦੋਂ ਬੰਦਾ 21 ਸਾਲ ਤੱਕ ਹੋਰ ਮਿਆਦ ਵਧਾ ਦਿੱਤੀ ਜਾਏਗੀ ਤੇ ਇਹਦਾ ਮਤਲਬ ਕਿ ਇਹਦਾ ਉਪਯੋਗ ਹੋਰ ਜ਼ਿਆਦਾ ਵਧਾ ਦਿੱਤਾ ਜਾਏਗਾ। ਨਸ਼ੇ ਦੀਆਂ ਮਾਤਰਾ ਲੋਕ ਹੋਰ ਉਮਰ ਦੇ ਲੋਕ ਵੀ ਇਹਨੂੰ ਲੈ ਸਕਣਗੇ। ਇਹ ਨਸ਼ੇ ਦਾ ਵਾਕਈ ਨਸ਼ੇ ਤੋਂ ਤਾਂ ਸਾਡੀ ਜਵਾਨੀ ਪੰਜਾਬ ਦੀ ਜਾ ਹੀ ਰਹੀ ਹੈ, ਖੁਦਕੁਸ਼ੀਆਂ ਤੋਂ ਕਿਸਾਨ ਜਾ ਰਹੇ ਨੇ, ਔਰ ਹੋਰ ਅੱਜ ਕੱਲ੍ਹ ਨਵਾਂ ਰੁਝਾਨ ਚੱਲ ਪਿਆ ਕਿ ਸੋਸ਼ਲ ਮੀਡੀਆ ਵੀ ਆਪਣਾ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ। ਮੇਰੇ ਕੋਲ ਜਿਹੜੀ ਖਬਰ ਲੱਗੀ ਹੈ ਸੈਲਫੀ ਲੈਂਦੇ ਆ ਦੱਸਿਆ ਗਿਆ ਕਿ ਰੇਲ ਗੱਡੀ ਦੇ ਹੇਠਾਂ ਆਉਣ ਨਾਲ 2 ਨੌਜਵਾਨਾਂ ਦੀ ਮੌਤ ਹੋਈ ਹੈ। ਠੀਕ, ਤੁਸੀਂ ਇਹ ਦੇਖੋ ਕਿ ਹਰ ਪਾਸਿਓਂ ਸਾਨੂੰ ਜੋ ਵੀ ਖਬਰਾਂ ਮਿਲ ਰਹੀਆਂ ਨੇ ਇਹ ਨੈਗੇਟਿਵ ਜ਼ਿਆਦਾ ਨੇ ਤੇ ਔਰ ਠੀਕ ਹੈ ਕਿ ਮਤਲਬ ਜਿਹੜੇ ਮੁੱਦੇ ਚਿੰਤਾ ਦਾ ਵਿਸ਼ਾ ਹੈਗਾ ਬਿਲਕੁਲ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਦੱਸਿਆ ਕਿ ਸੈਲਫੀ ਲੈਂਦੇ ਆ ਜਿਹੜਾ ਰੇਲ ਗੱਡੀ ਹੇਠਾਂ ਇੱਕ ਵਿਅਕਤੀ ਦੇ ਆਉਣ ਦੀ ਜਿਹੜੀ ਖਬਰ ਹੈਗੀ ਹੈ। ਕੁਛ ਦਿਨ ਪਹਿਲਾਂ ਅਜਿਹੀ ਇਹ ਖਬਰ ਆਈ ਸੀ ਕਿ ਵਿਦੇਸ਼ ਦੇ ਵਿੱਚ ਇੱਕ ਬਹੁਤ ਹੀ ਛੋਟੀ ਉਮਰ ਦੀ 20 ਸਾਲ ਜਾਂ 22 ਸਾਲ ਦੀ ਲੜਕੀ ਜਿਹੜੀ ਉਹ ਸੈਲਫੀ ਲੈਂਦਿਆਂ ਸਮੁੰਦਰ ਵਿੱਚ ਡਿੱਗ ਗਈ। ਸੋ ਮੈਨੂੰ ਲੱਗਦਾ ਹੈ ਕਿ ਅਜਿਹੀਆਂ ਖਬਰਾਂ ਠੀਕ ਹੈ ਪ੍ਰਕਾਸ਼ਿਤ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਪਤਾ ਲੱਗੇ, ਸਾਨੂੰ ਆਮ ਲੋਕਾਂ ਨੂੰ ਜਿਹੜਾ ਉਹ ਪਤਾ ਲੱਗਣਾ ਚਾਹੀਦਾ ਤਾਂ ਜੋ ਅਜਿਹੇ ਕੰਮ ਤੋਂ ਅਜਿਹੇ ਜਿਹੜੇ ਹਾਦਸੇ ਤੋਂ ਬਚਿਆ ਜਾ ਸਕੇ ਤੇ
ਉਹ ਧਿਆਨ ਵਿੱਚ ਰਹੇਗਾ ਕਿ ਅਜਿਹਾ ਕੁਛ ਹੋ ਸਕਦਾ। ਸੋ ਕਦੇ ਵੀ ਇਹਨਾਂ ਚੀਜ਼ਾਂ ਤੋਂ ਜਿਹੜਾ ਉਹ ਸਿੱਖਿਆ ਮਿਲਦੀ ਹੈ ਕਿ ਅਜਿਹਾ ਕੁਛ ਜਿਹੜਾ ਉਹ ਨਹੀਂ ਕਰਨਾ ਚਾਹੀਦਾ, ਆਪਣੀ ਜ਼ਿੰਦਗੀ ਦੇ ਨਾਲ ਖਿਲਵਾੜ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਜੀ ਬਿਲਕੁਲ, ਮੇਰੇ ਕੋਲ ਇੱਕ ਹੋਰ ਵੀ ਜਿਵੇਂ ਅਖਬਾਰ ਦੇ ਵਿੱਚ ਨਾ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਸਟੋਰੀ ਟਾਈਪ ਜਿਹੜਾ ਪ੍ਰਕਾਸ਼ਿਤ ਕੀਤਾ ਗਿਆ ਕਿ ਬਿਜਲੀ ਮੰਤਰੀ ਗਾਇਬ, ਬੇਲਗਾਮ ਹੋਏ ਵਿਭਾਗ ਦੇ ਕਰਮਚਾਰੀ। ਮੈਨੂੰ ਲੱਗਦਾ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਘਟਦੀਆਂ ਉਹਨਾਂ ਨੂੰ ਤਾਂ ਪ੍ਰਕਾਸ਼ਿਤ ਕਰਨਾ ਹੀ ਕਰਨਾ, ਉਹਨਾਂ ਨੂੰ ਤਾਂ ਉਹਨਾਂ ਦਾ ਮੁੱਦਾ ਤਾਂ ਜਿਹੜਾ ਸਾਹਮਣੇ ਲੈ ਕੇ ਹੀ ਆਉਣਾ, ਪਰ ਇਹਦੇ ਵਿੱਚ ਅਖਬਾਰਾਂ ਦੀ ਕੁਝ ਆਪਣੀ ਜਿਹੜੀ ਸੋਚ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਦੀ ਜਿਹੜੀ ਆਪਣੀ ਸੋਚ ਹੈ। ਜਾਂ ਪੱਤਰਕਾਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਵੀ ਆਪਣਾ ਜਿਹੜਾ ਫਰਜ਼ ਆ ਉਹ ਅੱਛੇ ਤਰੀਕੇ ਦੇ ਨਾਲ ਨਿਭਾਉਣਾ ਹੁੰਦਾ। ਇਸ ਮੈਨੂੰ ਸਰਾਹਨਾ ਕਰਨੀ ਬਣਦੀ ਹੈ ਕਿ ਇੱਥੇ ਜਿਹੜੀ ਇਹ ਨਿਊਜ਼ ਲਾਈ ਗਈ ਹੈ, ਜਿਹੜਾ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਜਿਹੜਾ ਮੈਚ ਚੱਲ ਰਿਹਾ ਆਪਸ 'ਚ, ਤਕਰਾਰ ਨੂੰ ਸਾਹਮਣੇ ਲਿਆਂਦਾ ਗਿਆ। ਜੀ ਬਿਲਕੁਲ ਬਿਲਕੁਲ, ਦੱਸਿਆ ਗਿਆ ਕਿ ਇਸ ਟਾਈਮ ਬੇਲਗਾਮ ਹੋਇਆ ਹੋਇਆ ਡਿਪਾਰਟਮੈਂਟ, ਬਿਲਕੁਲ, ਤੇ ਕਿਤੇ ਨਾ ਕਿਤੇ ਖਾਮਿਆਜ਼ਾ ਉਸਦਾ ਲੋਕਾਂ ਨੂੰ ਭੁਗਤਣਾ ਪੈ ਰਿਹਾ, ਕਿਉਂਕਿ ਲੋਕਾਂ ਦੇ ਨਾਲ ਜੁੜੀ ਹੋਈ ਚੀਜ਼ ਆ, ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਕਿ ਕਈ ਤਰ੍ਹਾਂ ਦੀਆਂ ਸਮੱਸਿਆਵਾਂ, ਜਿਵੇਂ ਹੁਣ ਮੌਸਮ ਵੀ ਜਿਹੜਾ ਹੈਗਾ ਉਸ ਤਰੀਕੇ ਦਾ ਚੱਲ ਰਿਹਾ, ਕਈ ਸਮੱਸਿਆਵਾਂ ਆਉਂਦੀਆਂ ਬਿਜਲੀ ਸਪਲਾਈ ਦੇ ਵਿੱਚ, ਅਤੇ ਫਿਰ ਲੋਕ ਆਪਣੀਆਂ ਸਮੱਸਿਆਵਾਂ ਕਿਹਨੂੰ ਦੱਸਣ, ਜਾਂ ਜਿਹੜੇ ਅਧਿਕਾਰੀ ਅਫਸਰ ਸਾਹਿਬਾਨ ਨੇ ਉਹ ਕਿਹਦੇ ਕੋਲ ਜਾਣ, ਇਹ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਆ। ਬਿਲਕੁਲ ਹਰਮਨ, ਤੁਹਾਡੇ ਕੋਲ ਵੀ ਅਖਬਾਰ ਹੈਗਾ, ਮੈਂ ਜਾਣਨਾ ਚਾਹੂੰਗੀ ਕਿ ਅਗਲੇ ਹੋਰ ਜਿਹੜੇ 3-4 ਨੰਬਰ 'ਤੇ ਪੰਨੇ ਹੈਗੇ ਨੇ ਉਸ 'ਤੇ ਕਿਸ ਤਰ੍ਹਾਂ ਦੀਆਂ ਖਬਰਾਂ ਨੂੰ ਤਰਜੀਹ ਦਿੱਤੀ ਗਈ ਹੈ? ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਆਮ ਲੋਕਾਂ ਨਾਲ ਜੁੜੀ ਹੋਈ ਸਰੋਕਾਰ ਦੀਆਂ ਖਬਰਾਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਲੱਗੀਆਂ ਹੋਈਆਂ ਨੇ, ਜਾਂ ਤੁਹਾਨੂੰ ਲੱਗਦਾ ਹੈ ਕਿ ਆਮ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਜਿਹੜੀਆਂ ਖਬਰਾਂ ਉਹ ਲੱਗੀਆਂ ਹੋਈਆਂ ਨੇ? ਜੀ, ਮੇਰੇ ਕੋਲ ਇੱਕ ਖਬਰ ਲਾਈ ਹੈ 5ਵੇਂ ਪੰਨੇ 'ਤੇ, ਜਿਹੜੀ ਨਿਆਲਾ ਜੀ ਨੇ ਰਚੀ ਸੀ, ਨਿਆਲਾ ਨੇ ਰਚੀ ਸੀ ਬਿੱਟੂ ਦੇ ਕਤਲ ਦੀ ਸਾਜ਼ਿਸ਼, ਅਤੇ ਵਾਕਈ ਉਹ ਜ਼ਾਹਰ ਤਾਂ ਹੋ ਗਿਆ, ਅਤੇ ਇਹਨੂੰ ਵਾਕਈ ਇਹਨੂੰ ਪੰਜਾਬ ਦੇ ਫਰੰਟ ਪੇਜ 'ਤੇ ਲਿਆਉਣਾ ਚਾਹੀਦਾ ਸੀਗਾ, ਤਾਂ ਕਿ ਲੋਕਾਂ ਦੇ ਸਾਹਮਣੇ ਮਤਲਬ ਇਹ ਚੀਜ਼ ਸਾਹਮਣੇ ਆ ਸਕੇ, ਸ਼ੀਸ਼ਾ ਪੇਸ਼ ਹੋ ਸਕੇ ਤਸਵੀਰ, ਇਹਦੇ ਵਿੱਚ ਵਾਕਈ ਜੋ ਅਸੀਂ ਪੁਲਿਸ ਨੇ ਆਪਣੀ ਭੂਮਿਕਾ ਨਿਭਾ ਕੇ ਜਲਦੀ ਤੋਂ ਜਲਦੀ ਇਹਦਾ ਨਿਚੋੜ ਕੱਢ ਕੇ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਬਿਲਕੁਲ ਹਰਮਨਦੀਪ, ਮੇਰੇ ਕੋਲ ਹੁਣ ਅਸੀਂ ਮੈਂ ਗੱਲ ਕਰਦੀ ਹਾਂ ਕਿ ਇੱਕ ਜਿਸ ਤਰ੍ਹਾਂ ਕਿ ਹਰ ਅਖਬਾਰ ਦਾ ਜਿਹੜਾ ਇੱਕ ਵੱਖਰਾ ਵੱਖਰਾ ਫੋਰਮੈਟ ਹੁੰਦਾ ਹੈਗਾ, ਚੰਡੀਗੜ੍ਹ ਪੇਜ ਉੱਤੇ ਖਬਰ ਲੱਗੀ ਹੋਈ ਹੈ, ਸੈਕਟਰ 44 ਦੀ ਮਾਰਕੀਟ ਵਿੱਚ ਨੌਜਵਾਨ ਦੇ ਦਿਨ ਦਿਹਾੜੇ ਬੀਤੇ ਦਿਨੀ ਕਤਲ ਕਰ ਦਿੱਤਾ ਗਿਆ ਸੀਗਾ, ਅਤੇ ਹੁਣ ਉਸਦੇ ਵਿੱਚ 4 ਜਿਹੜੇ ਮੁਲਜ਼ਮ ਆ ਉਹ ਗ੍ਰਿਫਤਾਰ ਕਰ ਲਏ ਗਏ ਨੇ। ਕਾਫੀ ਮਨਭਾ ਘਟਨਾ ਸੀ, ਕਾਫੀ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਸੀਗੀ ਉਸਦੀ, ਸੋ ਕਾਰਵਾਈ ਹੋਈ ਹੈ, 4 ਮੁਲਜ਼ਮ ਜਿਹੜੇ ਆ ਉਹ ਗ੍ਰਿਫਤਾਰ ਜਿਹੜੇ ਆ ਉਹ ਕਰ ਲਏ ਗਏ ਨੇ ਇਸ ਦੇ ਵਿੱਚ। ਸੋ ਚੰਡੀਗੜ੍ਹ ਦੀ ਖਬਰ ਜਿਹੜੀ ਅਹਿਮ ਖਬਰ ਸੀਗੀ ਉਹ ਵਧੀਆ ਢੰਗ ਦੇ ਨਾਲ ਲਾਈ ਗਈ ਹੈਗੀ ਹੈ। ਇਸ ਦੇ ਨਾਲ ਹੀ ਡਿਊਟੀ ਦੌਰਾਨ ਗੈਰ ਹਾਜ਼ਰ ਮਿਲੇ 4 ਸਫਾਈ ਕਰਮੀ ਅਤੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਅਜਿਹੀਆਂ ਖਬਰਾਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ ਕਿ ਬਹੁਤ ਵਾਰ ਕੀ ਹੁੰਦਾ ਹੈ ਕਿ ਕਈ ਵਿਭਾਗਾਂ ਦੇ ਵਿੱਚ ਜਿਹੜੇ ਆ ਮੁਲਾਜ਼ਮ ਜਿਹੜੇ ਹੈਗੇ ਆ ਉਹ ਸਹੀ ਟਾਈਮ 'ਤੇ ਨਹੀਂ ਪਹੁੰਚਦੇ ਅਤੇ ਉਹਨਾਂ 'ਤੇ ਕਾਰਵਾਈ ਹੁੰਦੀ ਹੈ। ਸੋ ਕਿਤੇ ਨਾ ਕਿਤੇ ਇਹ ਜਿਹੜਾ ਆ ਸਾਡੇ ਸਿਸਟਮ ਨੂੰ ਸੁਧਾਰਨ ਵਾਲੀਆਂ ਖਬਰਾਂ ਹੈਗੀਆਂ ਆ। ਸੋ ਅਜਿਹੀਆਂ ਖਬਰਾਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਸਿਸਟਮ ਨੂੰ ਜਿਹੜਾ ਉਹ ਸੁਧਾਰਨ ਵੱਲ ਹੋਰ ਜਿਹੜਾ ਧਿਆਨ ਦੇਣਾ ਉਹ ਉਹਦੇ ਵੱਲ ਧਿਆਨ ਜਾ ਸਕੇਗਾ। ਜੀ ਬਿਲਕੁਲ, ਜਿਵੇਂ ਹੁਣ ਜੋ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜੋ ਕੁਝ ਵਾਪਰੀ ਜਾਂਦਾ ਹੈ ਨਾ, ਬਹੁਤ ਮੰਦਭਾਗਾ ਹੈ ਜੇ ਬਿੱਟੂ ਦਾ ਕਤਲ ਹੁੰਦਾ ਹੈ ਜੇਲ੍ਹ ਦੇ ਅੰਦਰ ਤਾਂ ਉਹ ਵੀ ਇੱਕ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਕਿ ਜੇਲ੍ਹ ਦੇ ਵਿੱਚ ਇੱਦਾਂ ਦੇ ਹਥਿਆਰ ਪਹੁੰਚਣੇ ਔਰ ਇਹੋ ਜਿਹੀਆਂ ਕਾਰਵਾਈਆਂ ਨੂੰ ਜੋ ਅੰਜਾਮ ਦਿੱਤਾ ਜਾਣਾ ਇਹ ਵੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰਦਾ। ਔਰ ਲੁਧਿਆਣਾ ਦੇ ਵਿੱਚ ਜਿਹੜਾ ਕੁਝ ਹੋਇਆ ਉੱਥੇ ਵੀ ਖੂਨੀ ਝੜਪਾਂ ਹੋਈਆਂ, ਉਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਹੈ ਪੰਜਾਬ ਸਰਕਾਰ। ਔਰ ਉਹਦੇ 'ਤੇ ਜਿਹੜੇ ਵਿਰੋਧੀ ਧਿਰਾਂ ਨੇ ਆਪਣੇ ਤੰਜ ਕਸੇ ਆ, ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਜੇਲ੍ਹ ਮੰਤਰੀ ਨੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ 'ਤੇ ਕੁਛ ਬਿਆਨਬਾਜ਼ੀ ਕੀਤੀ ਸੀ, ਅਤੇ ਉਹਦਾ ਹੁਣ ਸੁਖਜਿੰਦਰ ਰੰਧਾਵਾ ਨੇ ਜਿਹੜਾ ਉਹਨਾਂ ਨੂੰ ਅੱਗੋਂ ਜਵਾਬ ਦਿੱਤਾ ਹੈ ਕਿ
ਸੁਖਬੀਰ ਨੂੰ ਜੇਲ੍ਹ ਦੇ ਜਿਹੜੇ ਮੈਨੂਅਲ ਜੋ ਸੈਟਲਮੈਂਟ ਆ ਉਹਦੇ ਬਾਰੇ ਪਤਾ ਨਹੀਂ ਆ, ਇਸ ਕਰਕੇ ਸੁਖਬੀਰ ਬਾਦਲ ਨੇ ਬਹੁਤ ਕੁਝ ਮਤਲਬ ਉਹਨਾਂ ਦੇ ਬਾਰੇ ਬੋਲ ਦਿੱਤਾ। ਇਹ ਉਹਨਾਂ ਦੀਆਂ ਸਿਆਸੀ ਬਿਆਨਬਾਜ਼ੀਆਂ, ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਇਸ ਖਬਰ ਦਾ ਜਿੰਨਾ ਕੁ ਅਧਿਕਾਰ ਬਣਦਾ ਸੀ, ਜਿੰਨਾ ਕੁ ਹੱਕ ਬਣਦਾ ਸੀ, ਉਨੀ ਕੀ ਹੀ ਲਾਈ ਗਈ ਆ ਔਰ ਉਨੀ ਕੀ ਜਗ੍ਹਾ 'ਚ ਲਾਈ ਗਈ ਆ, ਕਿਉਂਕਿ ਸਿਆਸੀ ਬਿਆਨਬਾਜ਼ੀਆਂ ਰੋਜ਼ ਦੀ ਰੋਜ਼ ਆਉਂਦੀਆਂ ਔਰ ਬਹੁਤ ਜ਼ਿਆਦਾ ਆਉਂਦੀਆਂ, ਕਿਉਂਕਿ ਸਿਆਸਤ ਨੇ ਜਿਹੜਾ ਆਪਣਾ ਰੰਗ ਹੈ ਉਹ ਪੂਰਾ ਦਿਖਾਇਆ ਹੋਇਆ। ਇੱਥੇ ਗਰਮੀ ਪੂਰਾ ਤਾਪਮਾਨ ਵਧਾਇਆ ਹੋਇਆ ਸਿਆਸਤ ਨੇ, ਪਰ ਸਿਆਸਤ ਨੂੰ ਆਪਣੇ ਉਸੇ ਲਹਿਜ਼ੇ ਦੇ ਵਿੱਚ ਜਿਹੜਾ ਪੇਸ਼ ਕਰਨਾ ਹੈ, ਮੀਡੀਆ ਦਾ ਜਿਹੜਾ ਫਰਜ਼ ਹੈ ਕਿ ਜਿੰਨੀ ਜਿਹਨੂੰ ਜਗ੍ਹਾ ਚਾਹੀਦੀ ਹੈ, ਜਿੰਨਾ ਕੁ ਉਹਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਹੈ, ਉਨੀ ਕੀ ਦਿੱਤੀ ਜਾਵੇ। ਤਾਂ ਇਸ ਅਖਬਾਰ ਦੇ ਵਿੱਚ ਜਿਹੜੀ ਖਬਰ ਲੱਗੀ ਹੈ ਉਹ ਬਿਲਕੁਲ ਠੀਕ ਲੱਗੀ ਹੈ ਔਰ ਥੋੜ੍ਹੀ ਜਗ੍ਹਾ ਦਿੱਤੀ ਗਈ ਹੈ ਔਰ ਬਹੁਤ ਸੰਖੇਪ ਦੇ ਵਿੱਚ ਲਿਖ ਕੇ ਜਿਹੜਾ ਇਸ ਬਿਆਨ ਨੂੰ ਖਤਮ ਕਰ ਦਿੱਤਾ ਗਿਆ। ਪਰ ਰਵੀ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਸੁਖਬੀਰ ਬਾਦਲ ਨੇ ਨਿਭਾਈ ਹੈ, ਜੋ ਉਹਨਾਂ ਨੂੰ ਬਿਆਨ ਦੇਣਾ ਵੀ ਚਾਹੀਦਾ ਸੀ ਔਰ ਉਹਨਾਂ ਨੇ ਬਿਲਕੁਲ ਆਪਣਾ ਫਰਜ਼ ਅਦਾ ਵੀ ਕੀਤਾ ਜੀ। ਤੇ ਇਹਦੇ ਵਿੱਚ ਸਰਕਾਰ ਨੂੰ ਵਾਕਈ ਉਹਨਾਂ ਦੇ ਬਿਆਨ ਦੇ ਉੱਤੇ ਬਿਆਨਬਾਜ਼ੀ ਦੁਬਾਰਾ ਨਹੀਂ ਕਰਨੀ ਚਾਹੀਦੀ, ਬਲਕਿ ਆਪਣੇ ਕਾਰਗੁਜ਼ਾਰੀ ਫਰਜ਼ਾਂ ਨੂੰ ਸਮਝਣਾ ਚਾਹੀਦਾ। ਬਿਲਕੁਲ ਬਿਲਕੁਲ ਸਹੀ ਗੱਲ, ਬਿਲਕੁਲ ਠੀਕ ਹੈ। ਬਿਲਕੁਲ ਜੀ, ਹੁਣ ਅਸੀਂ ਇਸ ਤਰ੍ਹਾਂ ਜਿਹੜਾ ਹੁਣ ਅਸੀਂ ਜੇ ਖੇਡਾਂ ਦੀ ਗੱਲ ਕਰੀਏ ਤਾਂ ਹਰ ਅਖਬਾਰ ਦੇ ਵਿੱਚ ਜਿਹੜਾ ਉਹ ਖੇਡਾਂ ਦਾ ਇੱਕ ਵੱਖਰਾ ਜਿਹੜਾ ਪੇਜ ਹੁੰਦਾ ਹੈ। ਰਵੀ, ਅਸੀਂ ਪਹਿਲਾਂ ਵੀ ਜਿਵੇਂ ਅਸੀਂ ਬਹੁਤ ਵਾਰ ਗੱਲ ਕੀਤੀ ਹੈ ਕਿ ਖੇਡਾਂ ਵਾਲਾ ਜਿਹੜਾ ਪੇਜ ਹੈ ਉਸ ਉੱਤੇ ਅਕਸਰ ਜਾਂ ਤਾਂ ਕ੍ਰਿਕਟ ਦੀ ਗੱਲ ਹੁੰਦੀ ਹੈ ਜਾਂ ਹੋਰ ਜਿਹੜੀਆਂ ਇੰਟਰਨੈਸ਼ਨਲ ਲੈਵਲ 'ਤੇ ਜਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਉਸਦੀ ਹੀ ਗੱਲ ਹੁੰਦੀ ਹੈ ਜੀ। ਸੋ ਮੈਨੂੰ ਲੱਗਦਾ ਕਿ ਹੋਰ ਜਿਹੜਾ ਸੂਬਾ ਪੱਧਰ 'ਤੇ ਵੀ ਬਹੁਤ ਸਾਰੇ ਉਪਰਾਲੇ ਜੇ ਹੁੰਦੇ ਨੇ, ਜਾਂ ਅਸੀਂ ਜਾਂ ਸਰਕਾਰਾਂ ਦੇ ਕੀ ਕਾਰਗੁਜ਼ਾਰੀ ਹੈ, ਕੀ ਕਦਮ ਚੁੱਕੇ ਜਾ ਰਹੇ ਨੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨ ਲਈ, ਤਾਂ ਜੋ ਹੋਰ ਜਿਹੜਾ ਉਹ ਕੁਰਾਹੇ ਨਾ ਪਵੇ, ਉਹਦੇ ਬਾਰੇ ਵੀ ਕੋਈ ਖਬਰ ਜਿਹੜੀ ਆ ਉਹ ਲੱਗਣੀ ਚਾਹੀਦੀ ਹੈ। ਸੋ ਮੇਰੇ ਕੋਲ ਜਿਹੜਾ ਅਖਬਾਰ ਹੈਗਾ ਉਸ ਉੱਤੇ ਕ੍ਰਿਕਟ ਤੋਂ ਇਲਾਵਾ ਕੋਈ ਹੋਰ ਖਾਸ ਖਬਰ ਜਿਹੜੀ ਆ ਮੈਨੂੰ ਉਹ ਨਜ਼ਰ ਨਹੀਂ ਆ ਰਹੀ। ਕ੍ਰਿਕਟ ਦੀ ਖਬਰ ਨੂੰ ਹੀ ਵੱਖ ਵੱਖ ਪਹਿਲੂਆਂ ਦੇ ਤਰ੍ਹਾਂ ਨੂੰ ਉਸ ਖਬਰ ਨੂੰ ਹੀ ਦੋ ਤਿੰਨ ਖਬਰਾਂ ਲਗਾਈਆਂ ਗਈਆਂ, ਲੇਕਿਨ ਉਹਦੇ ਪਹਿਲੂ ਜਿਹੜੇ ਵੱਖ ਵੱਖ ਜਿਹੜੇ ਆ ਉਹ ਦਿਖਾਏ ਗਏ, ਜਦਕਿ ਮੈਨੂੰ ਲੱਗਦਾ ਕਿ ਇੱਥੇ ਹੋਰ ਵੀ ਜਿਹੜੀਆਂ ਖਬਰਾਂ ਨੇ ਸੂਬੇ ਦੇ ਪੱਧਰ ਤੇ ਕੀ ਕੁਛ ਉਪਰਾਲੇ ਹੋ ਰਹੇ ਨੇ ਖੇਡਾਂ ਦੇ ਲਈ, ਉਸ ਨੂੰ ਵੀ ਤਰਜੀਹ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਜੀ। ਬਿਲਕੁਲ, ਕੁਝ ਇਹੋ ਜਿਹੀ ਜਿਹੜਾ ਮੇਰੇ ਕੋਲ ਅਖਬਾਰ ਹੈ, ਕੁਝ ਇਹੋ ਜਿਹੀ ਉਹਦੇ 'ਤੇ ਹੈ ਕਿ ਸਿਰਫ ਕ੍ਰਿਕਟ ਨਾਲ ਜੁੜੀਆਂ ਹੋਈਆਂ ਜੋ ਖਬਰਾਂ ਹੈ ਉਹਨਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਔਰ ਬਹੁਤ ਜ਼ਿਆਦਾ ਜਿਹੜੀ ਉਹਨਾਂ ਨੂੰ ਜਗ੍ਹਾ ਦੇ ਕੇ ਉਹਨਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ। ਔਰ ਇੱਕ ਬੜੀ ਇਹਦੇ ਵਿੱਚ ਜਿਹੜੀ ਮੈਨੂੰ ਲੱਗਦਾ ਹੈ ਕਿ ਇੱਥੇ ਇਹਦੀ ਆਲੋਚਨਾ ਥੋੜ੍ਹੀ ਜਿਹੀ ਕਰਨੀ ਬਣਦੀ ਹੈ ਕਿ ਇੱਕ ਫੋਟੋ ਲੱਗੀ ਹੋਈ ਹੈ, ਕੋਈ ਸਿੰਗਰ ਹੈ, ਕੋਈ ਜਿਹੜੇ ਉਹ ਮੈਚ ਦੇਖਣ ਦੇ ਲਈ ਗਏ ਸੀ ਉਹਨਾਂ ਦੇ ਕ੍ਰਿਕਟ ਦੇ ਪ੍ਰਸ਼ੰਸਕ ਹੋ ਸਕਦੇ ਆ, ਔਰ ਉਹਨਾਂ ਦੀ ਫੋਟੋ ਹੈ ਜਿਹੜੀ ਉਹ ਕਾਫੀ ਜਗ੍ਹਾ ਦੇ ਵਿੱਚ ਲਗਾਈ ਗਈ ਹੈ, ਜਦਕਿ ਇੰਨੀ ਸਪੇਸ ਦੇ ਵਿੱਚ ਜੇਕਰ ਨਿਗਾਹ ਮਾਰੀ ਜਾਵੇ ਸਾਡੇ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬੀ ਅਖਬਾਰਾਂ ਕੁਝ ਫਰਜ਼ ਬਣਦੇ ਆ ਪੰਜਾਬ ਦੇ ਬਾਰੇ ਗੱਲ ਕਰਨ ਦੇ, ਤਾਂ ਜਿਹੜੀਆਂ ਸਾਡੀਆਂ ਪੇਂਡੂ ਖੇਡਾਂ ਉਹ ਉਹਨਾਂ ਨੂੰ ਵੀ ਸਾਨੂੰ ਪ੍ਰਫੁੱਲਿਤ ਕਰਨਾ ਚਾਹੀਦਾ। ਉਹ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਖਿਡਾਰੀ ਇੱਦਾਂ ਦੇ ਆ ਜਿਨ੍ਹਾਂ ਨੇ ਬਹੁਤ ਨਾਮਣੇ ਖੱਟੇ ਹੋਏ ਆ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਇਸ ਪੇਜ ਇਹਨਾਂ ਜਿਹੜੇ ਪੇਜ ਨੇ ਬਾਕਾਇਦਾ ਜਿਹੜੇ ਖੇਡਾਂ ਦੇ ਪੇਜ ਚੱਲਦੇ ਆ ਉਹਨਾਂ ਨੂੰ ਜ਼ਰੂਰ ਇਹਨਾਂ 'ਤੇ ਪ੍ਰਕਾਸ਼ਿਤ ਕਰਨਾ ਚਾਹੀਦਾ। ਬਿਲਕੁਲ, ਇਸੇ ਤਰ੍ਹਾਂ ਮੇਰੇ ਕੋਲ ਜਿਹੜਾ ਅਖਬਾਰ ਹੈਗਾ ਉਹਦੇ 12 ਨੰਬਰ ਪੇਜ 'ਤੇ ਕੁਛ ਇੱਕ ਦੋ ਖਬਰਾਂ ਹੈਗੀਆਂ ਜਿਹੜੇ ਮੈਨੂੰ ਲੱਗਦਾ ਹੈ ਕਿ ਉਹ ਕਾਫੀ ਅਹਿਮ ਨੇ ਸਾਡੇ ਆਮ ਜ਼ਿੰਦਗੀ ਨਾਲ, ਆਮ ਲੋਕਾਂ ਦੇ ਨਾਲ ਜਿਹੜਾ ਉਹ ਸਰੋਕਾਰ ਰੱਖਦੀਆਂ ਨੇ। ਇਸ 'ਤੇ ਖਬਰ ਲੱਗੀ ਹੋਈ ਹੈ ਕਿ 70% ਲੋਕ ਜਿਹੜਾ ਉਹ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ ਅਮੈਰੀਕਾ ਅਤੇ ਚੀਨ ਤੋਂ ਬਾਅਦ, ਜਿਹੜਾ ਉਹ ਭਾਰਤ ਵਿੱਚ ਇਹ ਮੋਟਾਪੇ ਦੀ ਜਿਹੜੀ ਆ ਉਹ ਜ਼ਿਆਦਾ ਸਮੱਸਿਆ ਜਿਹੜੀ ਉਹ ਸਾਹਮਣੇ ਆ ਰਹੀ ਹੈ।
ਤੇ ਇਸ ਦੇ ਨਾਲ ਹੀ ਮਾਨਸੂਨ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਜੂਨ ਮਹੀਨੇ ਦੇ ਵਿੱਚ ਜਿਹੜਾ ਉਹ ਕਾਫੀ ਇਸ ਵਾਰ ਜਿਹੜਾ ਬਰਸਾਤ ਜਿਹੜਾ ਜਿਸ ਹਿਸਾਬ ਨਾਲ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੈ। ਇੱਕ ਹਿਸਾਬ ਨਾਲ ਲਿਖਿਆ ਗਿਆ ਹੈ ਕਿ ਜਿਹੜਾ ਮਾਨਸੂਨ ਉਹ ਰੁੱਸਿਆ ਹੋਇਆ ਜਾਪਦਾ ਹੈ ਤੇ ਜੁਲਾਈ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਮਾਨਸੂਨ ਆਏਗਾ। ਸੋ ਇੱਕ ਤਾਂ ਮੋਟਾਪੇ ਦੀ ਖਬਰ ਹੈਗੀ ਹੈ, ਜਿਹੜਾ ਮੋਟਾਪਾ ਬਹੁਤ ਬਿਮਾਰੀਆਂ ਦਾ ਕਾਰਨ ਬਣਦਾ ਸੀ। ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਅਸੀਂ ਗੱਲ ਕਰੀਏ ਕਿ ਭਾਰਤ ਵਿੱਚ ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਤੀਸਰੇ ਨੰਬਰ 'ਤੇ ਆਉਂਦਾ ਅਤੇ ਚਿੰਤਾ ਦਾ ਵਿਸ਼ਾ ਹੈਗਾ, ਇਸ ਉੱਤੇ ਮੈਨੂੰ ਲੱਗਦਾ ਕਿ ਸਿਹਤ ਸੰਬੰਧੀ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਅਤੇ ਇਸ ਵੱਲ ਵੀ ਵਧੀਆ ਖਬਰ ਹੈਗੀ ਹੈ। ਅਤੇ ਮਾਨਸੂਨ ਦੀ ਖਬਰ ਸਾਡੇ ਲਈ ਇਸ ਲਈ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਇੱਕ ਤਾਂ ਜਿਹੜੀ ਕਿਸਾਨਾਂ ਦੇ ਲਈ ਪੰਜਾਬ ਜਿਹੜਾ ਉਹ ਕਿਸਾਨੀ ਦੇ ਲਈ ਜਿਹੜਾ ਕਾਫੀ ਜਾਣਿਆ ਜਾਂਦਾ ਹੈ ਅਤੇ ਅਹਿਮ ਸੂਬਾ ਹੈਗਾ ਆ, ਅਤੇ ਪੰਜਾਬ ਦੇ ਲਈ ਖਬਰ ਇਸ ਲਈ ਵੀ ਜਿਹੜੀ ਉਹ ਅਹਿਮ ਹੋ ਜਾਂਦੀ ਹੈ। ਸੋ ਬਿਲਕੁਲ ਇਸ ਹਨ ਜਿਹੜੇ ਕੁਛ ਮੁੱਦੇ ਜਿਹੜੇ ਅਸੀਂ ਚਰਚਾ ਕੀਤੀ ਹੈ ਕਿ ਕਿਸ ਤਰੀਕੇ ਨਾਲ ਉਭਾਰੇ ਗਏ ਨੇ ਜਾਂ ਕਿਸ ਤਰੀਕੇ ਨਾਲ ਉਭਾਰੇ ਜਾਣੇ ਚਾਹੀਦੇ ਸਨ। ਸੋ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਅਸੀਂ ਕੈਬਨਿਟ ਮੰਚ ਉੱਤੇ ਤੁਹਾਡੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।